नित नवियां मेहमान ही पैंदियां ने कहा जांदा पंजाब दे जम्मिया नित नवियां मेहमान ही पैंदियां ने बिल्कुल पहाड़ मुसीबतां दे आईयां साडियां पीहड़ियां सहिंदियां ने असी जुल्म नाल जूझदे सदा आए गर्म ताइयों तबीयत रहिंदियां ने सानू चढ़ियां शहादत खमारियां जो चढ़ के सूली ते कदे ना लहिंदियां ने सूली उत्ते ना कदे भी लहिंदियां ने इश्क जिन्ना नू चंगा ते पेलिया दा त्यो नी वेख दे तखत हजारिया वल कच्चे कड़े ते तरन दी जाज नो ते कदे परत दे नहीं कनारियां वाला अपना जीदा इतिहास नी लो दिंदा ते सूरज चढ़िया भी ओदी सवेर कोई ना जिन्ना कोल ने मड़िया शहीदिया ते उस कौमली किते हनेर कोई ना उस कौमली किते हनेर कोई ना सिख पंथ दे महान जरनैल जुझारू योधे जथेदार बाबा सुखा सिंह जी माड़ी कंबोकिया वाले तिन्हां दे जन्म दिहाड़े की खुशी विच उन्हां दे जन्म स्थान गुरद्वारा साहब नगर माड़ी कंबोके बड़ियां भावना नाल जुड़ियां होईयां संगतां सवेर तो लैके सतगुरां दा पावन पवित्र हरजा सरवण कर रहे हो। आओ प्यार नाल सारी संगत एक वारी साडे उत्ते कृपा करो रहमत दे घर विच आके सारी संगत सतगुरां तो आग्या लईए मेरे साहब साडे उत्ते कृपा करन असी गुरदेव दियां कथा कहानियां हर जस गुरदेव का पवित्र इतिहास खालसे का इतिहास तुहाडी सेवा विच सुचजे ढंग नाल कह सकीए सरबत्र माई भाई प्यार नाल दो बार वाहेगुरु दे सिमरन नूं करो सतगुरां नूं सीस झुका के कहो जी वाहेगुरु जी का खालसा वाहेगुरु जी की फतेह दे के सिर सरदारियां बनदियां ने ते बनदे धर्म मंदर नाल दानियां दे आ बाबा चतर सिंह साहब होना ने गुरद्वारा साहब दी बिल्डिंग वो सारी है आ दीवान हाल सोहना बनिया है इहदे ते माया लगी है तुहाडी दसां नौआं दी किरत ये माया नाल बनदियां ने बिल्डिंगां
ਧਾਰਮਿਕ ਅਸਥਾਨ, ਪਰ ਜਿਹੜੀਆਂ ਕੌਮ ਦੀਆਂ ਬਿਲਡਿੰਗਾਂ ਬਣਦੀਆਂ ਨੇ ਉਹ ਸਿਰ ਦੇ ਕੇ ਬਣਦੀਆਂ। ਸਿਰ ਦੇ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਦੇ ਕੇ ਸਿਰ ਸਰਦਾਰੀਆਂ ਬਣਦੀਆਂ ਨੇ ਤੇ ਬਣਦੇ ਧਰਮ ਮੰਦਰ ਨਾਲ ਦਾਨੀਆਂ ਦੇ ਨਾਲ ਯੋਧਿਆਂ ਰਾਜ ਦਰਬਾਰ ਬਣਦੇ ਤੇ ਗਿਆਨ ਧਿਆਨ ਬਣਦੇ ਨਾਲ ਗਿਆਨੀਆਂ ਦੇ। ਸਵੇਰ ਤੋਂ ਲੈ ਕੇ ਕਿੰਨੇ ਗੁਰਦੇਵ ਦੇ ਦਰ ਕਰਦੇ ਗਿਆਨੀ ਧਿਆਨੀ ਕਥਾਵਾਚਕ ਮਹਾਂਪੁਰਖ ਬੈਠੇ ਨੇ ਸਾਹਮਣੇ, ਬਹੁਤ ਹੀ ਸਤਿਕਾਰਯੋਗ ਪਵਿੱਤਰ ਆਤਮਾ ਬਾਬਾ ਮੌਜ ਦਾਸ ਜੀ, ਉਦਾਸੀ ਸੰਪਰਤਾ ਵਾਲੇ, ਜਿਨ੍ਹਾਂ ਨੇ ਬਹੁਤ ਵੱਡਾ ਇਤਿਹਾਸ ਦਾ ਸਾਹਿਤ ਸਾਂਭਿਆ ਤੇ ਸਾਂਭਣ ਦਾ ਯਤਨ ਕਰ ਰਹੇ ਨੇ। ਬਹੁਤ ਪਾਤਸ਼ਾਹ ਦੀ ਅਪਾਰ ਕਿਰਪਾ ਹੈ। ਗਿਆਨ ਧਿਆਨ ਬਣਦੇ ਨਾਲ ਗਿਆਨੀਆਂ ਦੇ ਲਾੜੇ ਬਣਨ, ਦਸਮੇਸ਼ ਦੇ ਲਾਲ ਜੈਸੇ ਉੱਤੋਂ ਵਾਰਨੇ ਕਰਨ ਜਵਾਨੀਆਂ ਦੇ। ਆ ਸਾਡੇ ਘਰ ਵਿੱਚ ਖੁਸ਼ੀ ਦਾ ਸਮਾਂ ਆਉਂਦਾ ਨਾ, ਪੁੱਤਰਾਂ ਦੇ ਵਿਆਹ ਹੁੰਦੇ ਆ ਤੇ ਅਸੀਂ ਵਾਰਨੇ ਕਰਦੇ ਹਾਂ, ਵਾਰਨੇ ਮਾਇਆ ਦੇ। ਪਰ ਦੁਨੀਆਂ ਵਿੱਚ ਸਭ ਤੋਂ ਜੇ ਕਿਸੇ ਨੇ ਮਹਿੰਗਾ ਸਿਰਵਾਰਨਾ ਕੀਤਾ, ਵੱਡ ਮੁੱਲਾ ਸਿਰਵਾਰਨਾ ਕੀਤਾ ਤੇ ਉਹ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤਾ। ਉਹਨੇ ਸਾਡੇ ਉੱਤੋਂ ਆਪਣੇ ਪੁੱਤਰਾਂ ਦੇ ਹੀ ਵਾਰਨੇ ਕਰ ਦਿੱਤੇ। ਕੋਈ ਹੋ ਸਕਦਾ ਸਾਡੇ ਗੁਰੂ ਵਰਗਾ ਹੋਰ ਕੋਈ ਦੁਨੀਆਂ ਵਿੱਚ ਗੁਰੂ? ਲਾੜੇ ਬਣਨ, ਦਸਮੇਸ਼ ਦੇ ਲਾਲ ਜੈਸੇ ਉੱਤੋਂ ਵਾਰਨੇ ਕਰਨ ਜਵਾਨੀਆਂ ਦੇ, ਹੱਸ ਹੱਸ ਕੇ ਕੌਮ ਤੋਂ ਦੇਸ਼ ਤੋਂ ਧਰਮ ਤੋਂ ਵਰਨ ਮਰਨ ਜਿਹੜੇ ਬੱਬਰ ਸ਼ੇਰ ਬੱਚੇ ਖਾਲਿਸਤਾਨੀਆਂ ਦੇ। ਕਈ ਕਹਿੰਦੇ ਜੀ ਖਾਲਿਸਤਾਨ ਨਾ ਕਹੋ, ਡਰ ਬੜਾ ਲੱਗਦਾ। ਹੁਣ ਜਿਹੜੇ ਸੱਚ ਉੱਤੇ ਪਹਿਰਾ ਦੇਣ ਵਾਲੇ ਉਹਨਾਂ ਨੂੰ ਖਾਲਸੇ ਕਿਹਾ ਜਾਂਦਾ ਤੇ ਜਿੱਥੇ ਖਾਲਸੇ ਵੱਸਦੇ ਹੋਣ ਉਸ ਧਰਤੀ ਨੂੰ ਖਾਲਿਸਤਾਨ ਹੀ ਕਿਹਾ ਜਾ ਸਕਦਾ। ਖਾਲਸਾ ਜਿਸ ਧਰਤੀ ਤੇ ਵੱਸਦਾ ਉਹ ਖਾਲਸੇ ਦੀ ਧਰਤੀ ਹੈ। ਆ ਪੰਜਾਬ ਦੀ ਧਰਤੀ, ਖਾਸ ਕਰਕੇ ਮਾਝੇ ਦੀ ਧਰਤੀ। ਅੱਜ ਦੋ ਜ਼ਿਲ੍ਹੇ ਨੇ, ਅੰਮ੍ਰਿਤਸਰ ਸਾਹਿਬ ਤੇ ਤਰਨ ਤਾਰਨ ਸਾਹਿਬ। ਪਰ ਜਦੋਂ ਮਿਸਲਾਂ ਦਾ ਇਤਿਹਾਸ ਪੜਿਆ ਜਾਂਦਾ ਹੈ, ਇਹ ਅੰਮ੍ਰਿਤਸਰ ਸਾਹਿਬ ਲਾਹੌਰ ਦਾ ਜ਼ਿਲ੍ਹਾ, ਮਾਝੇ ਦੀ ਧਰਤੀ, ਜਿਹਦਾ ਇੱਕ ਇੱਕ ਕਤਰਾ ਕਤਰਾ ਧਰਤੀ ਦਾ ਸ਼ਹੀਦਾਂ ਦੇ ਪਵਿੱਤਰ ਖੂਨ ਨਾਲ ਰੰਗਿਆ ਹੋਇਆ ਰੰਗਿਆ ਹੋਇਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹਦੇ ਇੱਕ ਇੱਕ ਧਰਤੀ ਦੇ ਜਰਦੇ ਨੂੰ ਦੁਨੀਆਂ ਦੇ ਦੇਵੀ ਦੇਵਤੇ ਵੀ ਸਜਦਾ ਕਰਨ ਵਾਸਤੇ ਕਾਲੇ ਪੈਂਦੇ ਰਹਿੰਦੇ ਨੇ। ਕਿਉਂ? ਕਿਉਂਕਿ ਇਹ ਧਰਤੀ ਸ਼ਹੀਦਾਂ ਦੀ ਧਰਤੀ ਹੈ, ਸ਼ਹੀਦਾਂ ਦੀ ਧਰਤੀ। ਅੱਜ ਬਾਬਾ ਸੁੱਖਾ ਸਿੰਘ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ। ਹਰ ਵੱਡੇ ਪੁਰਖ ਨੂੰ, ਹਰ ਛੋਟੇ ਨੂੰ ਜਨਮ ਦੇਣ ਵਾਲੀ ਮਾਂ ਹੈ ਮਾਂ। ਬਾਬਾ ਚਤਰ ਸਿੰਘ ਸਾਹਿਬ ਹੁਣਾਂ ਨੇ ਜ਼ਿਕਰ ਕੀਤਾ, ਗੁਰੂ ਨਾਨਕ ਸਾਹਿਬ ਦੇ ਦਰ ਕਰਦਾ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਬਰਾਬਰਤਾ ਹੈ, ਬਰਾਬਰਤਾ। ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਔਰਤ ਜਾਤੀ ਨੂੰ ਕਿਸੇ ਨੇ ਬਰਾਬਰਤਾ ਨਹੀਂ ਦਿੱਤੀ। ਗੁਰੂ ਨਾਨਕ ਸਾਹਿਬ ਮਹਾਰਾਜ ਮਰਦ ਅਗੰਬੜੇ ਸੂਰ ਵੀਰ ਵਰਿਆਮ ਮਹਾਨ ਸਤਿਗੁਰੂ, ਜਿਨ੍ਹਾਂ ਨੇ ਮਨੁੱਖਤਾ ਨੂੰ ਤੇ ਬਰਾਬਰਤਾ ਦਿੱਤੀ, ਔਰਤ ਜਾਤੀ ਨੂੰ ਵੀ ਬਰਾਬਰਤਾ ਦਿੱਤੀ। ਪਾਤਸ਼ਾਹ ਨੇ ਜਾਤ ਅਪਮਾਨੀ ਲੋਕਾਂ ਨੂੰ ਵੰਗਾਰ ਕੇ ਕਿਹਾ, ਔਰਤ ਨੂੰ ਅਪ ਸ਼ਬਦਾਂ ਨਾਲ ਸੰਬੋਧਨ ਨਾ ਹੋ। ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਔਰਤ ਨੂੰ ਲੋਕਾਂ ਨੇ ਬਘਿਆੜਨੀ ਕਿਹਾ, ਬੜੇ ਅਪ ਸ਼ਬਦਾਂ ਨਾਲ। ਧਾਰਮਿਕ ਅਸਥਾਨ ਵਿੱਚ ਨਹੀਂ ਜਾਣ ਦਿੱਤਾ ਜਾਂਦਾ। ਅੱਜ ਵੀ ਬਹੁਤੇ ਧਾਰਮਿਕ ਅਸਥਾਨਾਂ ਵਿੱਚ ਜਿਹੜੇ ਜਾਤ ਅਪਮਾਨੀ ਲੋਕ ਹੈ, ਔਰਤ ਨੂੰ ਨਹੀਂ ਉਹਦੇ ਵਿੱਚ ਸ਼ਮੂਲੀਅਤ ਕਰਨ ਦਿੰਦੇ। ਗੁਰੂ ਨਾਨਕ ਸਾਹਿਬ ਨੇ ਕਿਹਾ, ਸੋ ਕਿਉਂ ਮੰਦਾ ਆਖੀਆ, ਜਿੱਤ ਜੰਮੇ ਰਾਜਾਨ। ਰਾਜੇ ਮਹਾਰਾਜਿਆਂ ਨੂੰ, ਗੁਰੂਆਂ ਨੂੰ, ਪੀਰਾਂ ਨੂੰ, ਪੈਗੰਬਰਾਂ ਨੂੰ, ਸ਼ਹੀਦਾਂ ਨੂੰ ਜਨਮ ਦੇਣ ਵਾਲੀ ਮਾਂ, ਜਿਹਦਾ ਸਤਿਕਾਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੰਸਾਰ ਵਿੱਚ ਬਹਾਲ ਕਰਵਾਇਆ, ਬਰਾਬਰਤਾ ਦਿੱਤੀ, ਬਾਬਾ ਸੁੱਖਾ ਸਿੰਘ ਸਾਹਿਬ ਜੀ ਦੀ ਮਾਂ ਕਿੰਨੀ ਧਨਤਾ ਦੇ ਯੋਗ ਮਾਂ ਹੈ ਉਹ।
पूजा दे योग मां है ओ, जिन्हें बाबा सुखा सिंह साहब जी नूं जन्म दिता, उन्हां दे पवित्र खूह उन्हां दे पवित्र शीर नूं दुध नूं चुम के बाबा सुखा सिंह साहब जी ने उन्हां दा संसार विच नाम रोशन किया। मालवे दे शायर करनाल सिंह पारस रामू वालिए दी लिखी हुई कविता है, साडी कविता दा सरलेख है, आईआं पुत जन्म दियां दाते भगत सूरमे मावा आओ। जिथे गुरु नानक साहब महाराज जी की माता माता तृप्ता जी नूं नमस्कार है, शहीदां दे सरताज श्री गुरु अर्जन देव महाराज जी की सत्कार योग माता माता जी नूं नमस्कार है, जिथे गुरु गोबिंद सिंह महाराज जी की मां मां गुजरी जी नूं नमस्कार है, उथे बाबा सुखा सिंह साहब जी की महान मां नूं आओ एक बारी सारी संगत नमस्कार करिए, प्यार नाल सरवण करो। आप जी की सेवा विच कविता पेश कर रहे हैं बाबा सुखा सिंह साहब जी के जन्म दिहाड़े दियां, जिथे सारिया संगतां नूं नगर निवासियां देश विदेश विच वसदियां संगतां नूं लख लख वधाइयां दिंदे हां। आओ एक बारी मां नूं नमस्कार करिए, जिन्हें महान अणखीला मर्द बहादुर योधा पुत्र पैदा किया, जिन्हें माड़ी कंबोकी का नाम संसार विच रोशन किया, उस मां नूं नमस्कार कर। भगत सूरमा ते दान करन वाला विरला लाल माता पैदा करे कोई कोई, हर कोई अपनी पंड अठामदा है, पंड किसे दी सीस ते तरे कोई कोई, मिठा बोलने ते जग खुशी हुंदा, कौड़ा बोलिया किसे दा जरे कोई कोई, मरदी अपने वास्ते कुल दुनिया, खातर देश दी सूरमा मरे कोई कोई। क्यामत तक मिटने ना योधा दे धर्म सलेटो, जग जो भी तू उपजा एक सदार नमा दे पेटो। जिस शासकंदर ने सार करिया देश दिशावां, आईया पुत जन्म दिया दाती भगत सूर में मावा। जद जद इस दुनिया नू वेख्या प्या विच भंबल भूसा है, तद तद जन्म लिया बुद्ध मोहम्मद ईसा मूसा। जिस शासकंदर ने सारे करिया देश दिशावां, आईया पुत जन्म दिया दादी भगत सूर में मावा। सिद्धा दरगाह सिद्धा दरगाह कोई भी उतरिया पीर पैगंबर, साथ जाए औरत दे परन गवाही धरती अंबर। बंदे किरत कड़ा पूरा कदर न पाई पावा, आईया पुत जन्म दिया आईया पुत जन्म दिया दाती भगत सूर में मावा। कुखो मां तृप्ता जो प्रगट होए सतगुरु नानक, विच तुंदू कारे दे होया सूरज उदे अचानक। दुखिया खलक दिया चुकिया अपने शीस बुलावा, आईया पुत जन्म दिया दाती भगत सूर में।
ਮਾਵਾ ਮਾਤਾ ਗੁਰ ਅਰਜਨ ਦੀ ਸੁਗੜ ਸੁਜਾਰੀ ਬੀਬੀ ਪਾਨੀ ਸਨ ਮੁਖ ਪਿਤਾ ਗੁਰ ਦੇ ਮਨਸੀ ਪੁੱਤਰਾਂ ਦੀ ਕੁਰਬਾਨੀ ਹਰ ਦਰਸ਼ਨ ਜਿੰਨਾ ਦੇ ਤਾਰੇ ਤਨ ਹਣ ਸਾ ਦੇ ਕਾਵਾਂ ਆਈਆਂ ਪੁੱਤ ਜਨਮ ਦੀਆਂ ਦਾਤੇ ਭਗਤ ਸੂਰ ਮੇ ਮਾਵਾਂ ਪੀਰੀ ਤੇ ਪੀਰੀ ਨੂੰ ਮੀਰੀ ਤੇ ਪੀਰੀ ਨੂੰ ਜਿੰਨਾ ਦਿੱਤਾ ਜੋੜ ਬਕਾਇਦਾ ਭਗਤੀ ਦੇ ਸਿਰੇ ਉੱਤੇ ਭਗਤੀ ਦੇ ਸਿਰੇ ਉੱਤੇ ਦਿੱਤੀਆਂ ਤਾਣ ਸਟਿਲੀ ਬਾਵਾਂ ਆਈਆਂ ਪੁੱਤ ਜਨਮ ਦੀਆਂ ਦਾਤੇ ਭਗਤ ਸੂਰ ਮੇ ਮਾਵਾਂ ਓ ਭਾਰਤ ਦੇ ਧਰਮਾਂ ਤੇ ਸ਼ਾਹੀ ਸੀ ਜਦ ਘੋਰ ਉਦਾਸੀ ਹੋ ਧਰਮਾਂ ਤੇ ਛਾਈ ਸੀ ਜਦ ਘੋਰ ਉਦਾਸੀ ਕੁੱਖੋਂ ਮਾਂ ਗੁਜਰੀ ਦਿਓ ਆ ਗਏ ਮਕੁੰਡ ਦੇ ਵਾਸੀ ਜਿਨ ਤਾਰਿਆ ਸੱਚਿਆਂ ਨੂੰ ਦੇ ਦੁਸ਼ਟਾਂ ਨੂੰ ਸਖਤ ਸਜਾਵਾਂ ਆਈਆਂ ਪੁੱਤ ਜਨਮ ਦੀਆਂ ਦਾਤੇ ਭਗਤ ਸੂਰ ਮੇ ਮਾਵਾਂ ਜਿਨ ਤਾਰਿਆ ਸੱਚਿਆਂ ਨੂੰ ਦੇ ਦੁਸ਼ਟਾਂ ਨੂੰ ਸਖਤ ਸਜਾਵਾਂ ਆਈਆਂ ਪੁੱਤ ਜਨਮ ਦੀਆਂ ਦਾਤੇ ਭਗਤ ਸੂਰ ਮੇ ਮਾਵਾਂ ਵੈਂਗੀ ਚੁੱਕ ਸੇਵ ਕਰੇ ਮੋੜੇ ਜੋ ਸਣ ਸੂਤਾ ਕਰ ਜਾ ਸਰਵਣ ਦੇ ਪਾਏ ਦਾ ਪੁੱਤਰ ਜਗ ਤੇ ਟਾਵਾ ਟਾਵਾ ਆਈਆਂ ਪੁੱਤ ਜਨਮ ਦੀਆਂ ਆਈਆਂ ਪੁੱਤ ਜਨਮ ਦੀਆਂ ਦਾਤੇ ਭਗਤ ਸੂਰ ਮੇ ਮਾਵਾਂ ਬਾਬਾ ਸੁੱਖਾ ਸਿੰਘ ਜੀ ਤੇ ਯੋਧਾ ਨਲੂਆ ਸਿੰਘ ਅਕਾਲੀ ਪਈ ਸ਼ਾਮ ਸਿੰਘ ਜੀ ਦੀ ਕੁਰਸੀ ਸੂਰ ਮਤਾਨੋ ਖਾਲੀ ਸੀ ਗਿਆ ਸ਼ਹੀਦੀ ਪਾ ਜੂਝ ਜੰਗ ਸਭ ਰਾਵਾਂ ਆਈਆਂ ਪੁੱਤ ਜਨਮ ਦੀਆਂ ਦਾਤੇ ਭਗਤ ਸੂਰ ਮੇ ਮਾਵਾਂ ਸਾਰੀ ਸੰਗਤ ਕੁਆਰੀ ਪਿਆਰ ਨਾਲ ਬਾਬਾ ਸੁੱਖਾ ਸਿੰਘ ਜੀ ਦੀ ਸਤਿਕਾਰਯੋਗ ਮਾਤਾ ਨੂੰ ਨਮਸਕਾਰ ਕਰਦੇ ਹੋਏ ਕਹੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਬਹੁਤ ਸਾਰੀਆਂ ਸਤਿਕਾਰਯੋਗ ਹਸਤੀਆਂ ਵੱਲੋਂ ਗੁਰਦੁਆਰਾ ਬਾਉਲੀ ਸਾਹਿਬ ਬਾਬਾ ਸੁੱਖਾ ਸਿੰਘ ਸਾਹਿਬ ਜੀ ਦਾ ਅਸਥਾਨ ਉਸ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਹਰਭਜਨ ਸਿੰਘ ਜੀ ਉਹਨਾਂ ਵੱਲੋਂ ਬੇਅੰਤ ਅਸੀਸਾਂ ਪਹੁੰਚੀਆਂ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਬਾਬਾ ਮੌਜ ਦਾਸ ਜੀ ਮਾੜੀ ਕੰਬੋਕਿਆਂ ਵਾਲੇ ਜਿੱਥੇ ਉਹ ਮਹਾਨ ਸੇਵਾਵਾਂ ਕਰਵਾ ਰਹੇ ਨੇ ਸਾਹਿਤ
जिथे आस बेनती कर दुखियारे उथे नाल नानक साहब दे घर दी जिहड़ी परंपरा है इस घर विच अरदास भी है ते दुखां दा इलाज भी कीता जांदा है। समय दी निजात नूं नबज नूं पछाण के दवा ते दुआ दुआ पहला बाद विच इस घर दी परंपरा है। बहुत प्यार वाली मौजदास जी उन्हां वल्लों बेअंत ਕਵੀਸ਼ਰ ਜਥੇ ਪਹੁੰਚੇ ਆ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦੇ ਹਾਂ। ਇਹਨਾਂ ਸਥਾਨਾਂ ਦੇ ਮੁੱਖ ਸੇਵਾਦਾਰ ਜਥੇਦਾਰ ਬਾਬਾ ਚਤਰ ਸਿੰਘ ਸਾਹਿਬ ਜੀ ਮਿਲਾ ਕੇ ਤੁਹਾਡੇ ਦਰਸ਼ਨ ਦੀਦਾਰੇ ਕਰਵਾਏ ਜਾਂਦੇ ਅੰਤ ਅਸੀਸਾਂ ਵੱਲੋਂ ਪਹੁੰਚਿਆ ਹੈ। ਚੜ੍ਹਦੀ ਕਲਾ ਤੰਦਰੁਸਤੀ ਵਾਸਤੇ ਬੇਨਤੀ ਕਰਦੇ ਹਾਂ। ਬਹੁਤ ਦੀਪ ਸਿੰਘ ਜੀ ਸਾਡੇ ਪਿਆਰੇ ਵੀਰ ਮਾਈ ਕੰਬੋਕਿਆਂ ਵਾਲੇ ਉਹਨਾਂ ਵੱਲੋਂ 50 ਰੁਪਏ ਪਿਆਰ ਭੇਜਿਆ ਗਿਆ ਕਲਾ ਵਾਸਤੇ ਅਰਦਾਸ ਕਰਦੇ ਹਾਂ। ਵੀਰ ਸੁਖਦੇਵ ਸਿੰਘ ਜੀ ਸਾਡੇ ਪਿਆਰੇ ਵੀਰ ਉਹਨਾਂ ਵੱਲੋਂ ਵੀ ਬੇਅੰਤ ਮਾਇਆ ਚੜ੍ਹਦੀ ਅਰਦਾਸ ਕਰਦੇ ਹਾਂ। ਬਾਬਾ ਸੁੱਖਾ ਸਿੰਘ ਸਾਹਿਬ ਜੀ ਮਾੜੀ ਕੰਬੋਕਿਆਂ ਵਾਲੇ ਬਾਬਾ ਮਹਿਤਾਬ ਸਿੰਘ ਜੀ ਮੀਰਾਕੋਟ ਭੰਗੂ ਉਹਨਾਂ ਦੇ ਨਾਂ ਤੋਂ ਵੀਰ ਜੀ 50 ਰੁਪਏ ਮਾਇਆ ਭੇਜ ਕੇ ਗਏ ਹੈ। ਇਹ ਕੌਮ ਦੇ ਉਹਨਾਂ ਮਹਾਨ ਜਰਨੈਲਾਂ ਦੀ ਜੋੜੀ ਹੈ ਜਿਨ੍ਹਾਂ ਵੱਲ ਵੇਖ ਕੇ ਸਮੇਂ ਸਮੇਂ ਅਨੁਸਾਰ ਹੋਰ ਵੀ ਜੋੜੀਆਂ ਬਣੀਆਂ। ਸਰਦਾਰ ਬੇਅੰਤ ਸਿੰਘ ਸਤਵੰਤ ਸਿੰਘ ਦੀ ਜੋੜੀ ਬਣੀ, ਭਾਈ ਸੁਖਦੇਵ ਸਿੰਘ ਸੁੱਖਾ ਤੇ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਜੋੜੀ ਬਣੀ। ਇਤਿਹਾਸ ਨੂੰ ਦੁਹਰਾਇਆ, ਬਾਬਾ ਸੁੱਖਾ ਸਿੰਘ ਤੇ ਬਾਬਾ ਮਹਿਤਾਬ ਸਿੰਘ ਸਾਹਿਬ ਜੀ ਦੇ ਪਵਿੱਤਰ ਨਾਂ ਤੋਂ ਬਹੁਤ ਸਾਰੀ ਮਾਇਆ ਆਈ। ਜਥੇਦਾਰ ਬਲਜੀਤ ਸਿੰਘ ਜੀ ਪਟਵਾਰੀ ਪਿੰਡ ਗੰਢੀ ਪਿੰਡ ਵਾਲੇ ਚਬਾਲ ਦੇ ਕੋਲ ਤੋਂ ਆਏ ਹੋਏ 100 ਰੁਪਇਆ ਮਾਇਆ ਭੇਜਦੇ ਆ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦੇ ਹਾਂ। ਭੈਣਾਂ ਵੱਲੋਂ ਮਨਦੀਪ ਸਿੰਘ ਦੇ ਨਾਂ ਤੋਂ ਮਾਇਆ ਆਈ ਹੈ, ਦੁਬਈ ਗਿਆ ਹੈ, ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਆਈ ਹੈ। ਸਰਦਾਰ ਗੁਰਮੁਖ ਸਿੰਘ ਜੀ ਉਹਨਾਂ ਵੱਲੋਂ 50 ਰੁਪਏ ਬਾਬਾ ਸੁੱਖਾ ਸਿੰਘ ਸਾਹਿਬ ਜੀ ਦੇ ਜਨਮ ਦਿਹਾੜੀ ਦੀ ਖੁਸ਼ੀ ਵਿੱਚ ਮਾਇਆ ਆਈ ਹੈ। ਸਟੇਜ ਦੀ ਸੇਵਾ ਨਿਭਾਰ ਹੈ, ਬਹੁਤ ਹੀ ਸਤਿਕਾਰਯੋਗ ਵਿਦਵਾਨ ਪੁਰਖ ਪੰਥ ਦੇ ਜਿੱਥੇ ਮਹਾਨ ਕਥਾਵਾਚਕ ਨੇ, ਬਹੁਤ ਹੀ ਸਤਿਕਾਰਯੋਗ ਬਾਬਾ ਬਲਵਿੰਦਰ ਸਿੰਘ ਜੀ ਮਾੜੀ ਕੰਬੋਕੇ ਗੁਰਦੁਆਰਾ ਟਾਪ ਸਾਹਿਬ ਬਾਬਾ ਸੁੱਖਾ ਸਿੰਘ ਸਾਹਿਬ ਜੀ ਦਾ ਉਹ ਮਹਾਨ ਅਸਥਾਨ, ਉਸ ਅਸਥਾਨ ਦੇ ਮੁੱਖ ਸੇਵਾਦਾਰ ਸਵੇਰ ਤੋਂ ਲੈ ਕੇ ਆਏ ਹੋਏ ਬੁਲਾਰਿਆਂ ਨੂੰ ਤੁਹਾਡੇ ਰੂਬਰੂ ਕਰ ਰਿਹਾ ਹੈ। ਉਹਨਾਂ ਵੱਲੋਂ ਜਿੱਥੇ ਤੁਹਾਡੇ ਰੂਬਰੂ ਕੀਤਾ ਜਾ ਰਿਹਾ ਹੈ, ਦਰਸ਼ਨ ਦੀਦਾਰੇ ਕਰਾਏ ਜਾ ਰਹੇ ਹੈ, ਬਹੁਤ ਸਾਰੀਆਂ ਅਰਦਾਸਾਂ ਪਹੁੰਚੀਆਂ। ਆਓ ਭਾਈ ਅਮਰਜੀਤ ਸਿੰਘ ਜੀ ਮਜੈਲ ਟੀਵੀ ਵਾਲੇ ਪੰਥ ਦੇ ਬੜੇ ਪਿਆਰੇ ਕਥਾਵਾਚਕ, ਬੜੀ ਸਤਿਗੁਰਾਂ ਦੀ ਅਪਾਰ ਬਖਸ਼ਿਸ਼, ਉਹਨਾਂ ਵੱਲੋਂ ਵੀ ਪਿਆਰ ਭੇਜਿਆ ਗਿਆ। ਭਾਈ ਦਲਵਾਗ ਸਿੰਘ ਜੀ ਬਲੇਰ ਪੰਥ ਪ੍ਰਸਿੱਧ ਵਿਦਵਾਨ ਕਥਾਵਾਚਕ ਜਿਹੜੇ ਸਵੇਰੇ ਹਾਜ਼ਰੀ ਭਰ ਕੇ ਗਏ ਹੈ ਭੋਗ ਤੋਂ ਉਪਰੰਤ ਗੁਰਦੁਆਰਾ ਸਾਹਿਬ, ਉਹਨਾਂ ਵੱਲੋਂ ਚੜ੍ਹਦੀ ਕਲਾ ਕਰਨ। ਮਾਝੇ ਦੀ ਧਰਤੀ ਸ਼ਹੀਦਾਂ ਦੀ ਧਰਤੀ ਹੈ, ਮਾਝੇ ਦੀ ਧਰਤੀ ਅਣਖ ਵੀਰ ਬਹਾਦਰਾਂ ਦੀ ਧਰਤੀ ਹੈ। ਸਾਡੇ ਤੋਂ ਪਹਿਲਾਂ ਬੋਲਣ ਵਾਲਾ ਨਿਸ਼ਾਨ ਸਿੰਘ ਉਹ ਗੱਲ ਕਰ ਰਿਹਾ ਸੀ ਵੀ ਪ੍ਰਚਾਰਕ ਕਵੀਸ਼ਰ ਢਾਡੀ ਬਾਬਾ ਸੁੱਖਾ ਸਿੰਘ ਦਾ ਨਾਂ ਨਹੀਂ ਲਈ। ਮੈਨੂੰ ਲੱਗਦਾ ਵੀਰ ਘਰੇ ਰਹਿੰਦਾ ਹੈ ਤੇ ਘਰ ਰਹਿਣ ਵਾਲੇ ਵੀਰ ਵਿੱਚ ਆਪਣੀ ਕਿਰਤ ਕਰਨ ਵਾਲੇ ਵਿੱਚ ਤੇ ਜੋੜ ਮੇਲਿਆਂ ਵਿੱਚ ਜਾਣ ਵਾਲੇ ਵਿੱਚ ਬੜਾ ਫਰਕ ਹੁੰਦਾ। ਭਾਈ ਸੁਖਦੇਵ ਸਿੰਘ ਤੁਹਾਡੇ ਗੁਰੂ ਕੇ ਗ੍ਰੰਥੀ, ਜਿਨ੍ਹਾਂ ਨੇ ਲੰਮਾ ਸਮਾਂ ਕਿਸਾਨੀ ਸੰਘਰਸ਼ ਵਿੱਚ ਆਪਣੇ ਸਾਥੀਆਂ ਨੂੰ ਲੈ ਕੇ ਤੁਹਾਡੇ ਨਗਰ ਜਾਂਦੇ ਰਹੇ, ਹੁਣ ਉਹਨਾਂ ਵੱਲੋਂ ਨੈੱਟ ਤੇ ਪੰਥ ਦੇ ਪ੍ਰਚਾਰ ਵਾਸਤੇ ਪੰਥ ਪ੍ਰਚਾਰ ਟੀਵੀ ਉਹ ਲੈ ਕੇ ਆਏ ਨੇ। ਸ਼ਹੀਦ ਨਾ ਕਿਸੇ ਪਰਿਵਾਰ ਦਾ ਹੁੰਦਾ, ਨਾ ਕਿਸੇ ਨਗਰ ਦਾ ਹੁੰਦਾ, ਨਾ ਕਿਸੇ ਖਾਸ ਖਿੱਤੇ ਦਾ ਹੁੰਦਾ। ਬਾਬਾ ਜੀ ਸਾਹਮਣੇ ਬੈਠੇ ਨੇ, ਸ਼ਹੀਦ ਕੌਮਾਂ ਦੇ ਸ਼ਹੀਦ ਹੁੰਦੇ ਨੇ, ਕੌਮਾਂ ਜਿਹੜੇ ਲੋਕਾਂ ਨੇ ਪਰਿਵਾਰਾਂ ਤੱਕ ਆਪਣੇ ਸ਼ਹੀਦਾਂ ਨੂੰ ਰੱਖ ਲਿਆ ਨਾ, ਉਹ ਸ਼ਹੀਦਾਂ ਨੂੰ ਬੜਾ ਛੁਟਿਆਗ ਹੈ, ਛੋਟਾ ਕਰਕੇ ਰੱਖ ਦਿੱਤਾ। ਬਾਬਾ ਸੁੱਖਾ ਸਿੰਘ ਮਾੜੀ ਕੰਬੋਕੇ ਵਿੱਚ ਜਨਮ, ਕੋਈ ਇੱਕ ਜਣਾ ਨਾਂ ਲਵੇਗਾ ਉਹਦੇ ਨਾਂ ਲਿਆ ਬਾਬਾ ਸੁੱਖਾ ਸਿੰਘ ਦਾ ਨਾਂ ਛੋਟਾ ਨਹੀਂ ਹੋਣਾ,
ਤੇ ਜੇ ਕੋਈ ਮੇਰੇ ਵਰਗਾ ਬਹੁਤੀ ਵਾਰ ਲਏਗਾ ਉਹਦੇ ਨਾਲ ਬਹੁਤਾ ਵੱਡਾ ਨਹੀਂ ਹੋਣਾ। ਜਿੱਡਾ ਵੱਡਾ ਨਾਂ ਬਾਬਾ ਸੁੱਖਾ ਸਿੰਘ ਦਾ ਹੈ ਉਹ ਸਦਾ ਕੁਤਬੀ ਸਿਤਾਰੇ ਵਾਂਗ ਚਮਕਦਾ ਰਹੇ। ਉਹਨੇ ਹੋਣਾ ਜਿਹੜਾ ਬਾਬਾ ਸੁੱਖਾ ਸਿੰਘ ਦਾ ਨਾਂ ਸਟੇਜ ਤੋਂ, ਕਿਉਂਕਿ ਜਿਹੜੇ ਦੀਆਂ ਲਾਈਨਾਂ ਨਾਂ ਲਈਏ ਸਤਿਗੁਰ ਨਾਨਕ ਕਾ ਦੁੱਖ ਰੋਗ ਸਭ ਮਿਟੇ ਭਿਆਨਕ, ਨਾਂ ਲਈ ਗੁਰ ਨਾਨਕ ਦਾ ਚਾਰ ਪਦਾਰਥ ਮਿਲੇ ਅਚਾਰ, ਸ਼ਹੀਦਾਂ ਦਾ ਨਾਂ ਲੈਣ ਵਾਲਾ ਉਹਨਾਂ ਦੇ ਨਾਂ ਹੋਏਗਾ ਉਹਦਾ ਮਾਣ ਤਾਂ ਵਧੇਗਾ, ਪਰ ਨਾਂ ਲੈਣ ਕੋਈ ਨਹੀਂ ਤੇ ਨਾ ਕੋਈ ਕੰਨੀ ਕਤਰਾ ਹੀ ਸਕਦਾ ਬਾਬਾ ਸੁੱਖਾ ਸਿੰਘ। ਕਦੇ ਸੋਚ ਨਹੀਂ ਰੱਖਣੀ ਚਾਹੀਦੀ ਬਾਬਾ ਸੁੱਖਾ ਸਿੰਘ ਮਾੜੀ ਕੰਬੋ ਕੇ ਜਦੋਂ ਮਿਸਲਾਂ ਦਾ ਇਤਿਹਾਸ ਪੜੀਦਾ, ਜਿੱਥੇ ਕੌਮ ਦਾ ਇਤਿਹਾਸ ਮਿਸਲਾਂ ਦਾ ਇਤਿਹਾਸ ਕਿਹਾ ਜਾਂਦਾ, ਉਹ ਕਿਹੜਾ ਇਤਿਹਾਸ ਹੈ ਜਿਹਦੇ ਵਿੱਚ ਬਾਬਾ ਸੁੱਖਾ ਸਿੰਘ ਦਾ ਨਾਂ ਨਹੀਂ ਆਉਂਦਾ ਤੇ ਕੌਣ ਨਹੀਂ? ਸਤਿਗੁਰੂ ਕਿਰਪਾ ਕਰਨ, ਆਓ ਮਾਝੇ ਦੀ ਧਰਤੀ ਪੱਟੀ ਵਿੱਚ ਇੱਕ ਇਕੱਠ ਹੋਇਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ, ਪੱਟੀ ਵਿੱਚ ਵਿੜਾਚ ਪਰਿਵਾਰ ਦੇਸ ਰਾਜ ਅਕਾਲ ਚਲਾਣਾ ਕਰ ਗਿਆ, ਉਹਦੇ ਭੋਗ ਉੱਤੇ ਚਬਾਲ ਵਾਲੇ ਸਰਦਾਰ ਆਏ, ਉੱਥੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਬੰਸ਼ ਵਿੱਚੋਂ ਅੱਠਵੀਂ ਥਾਂ ਉੱਤੇ ਬਾਬਾ ਖੁਸ਼ਿਆਲ ਸਿੰਘ ਭੱਲਾ, ਉਹਦੇ ਦੋ ਪੁੱਤਰ ਜਿਨ੍ਹਾਂ ਦਾ ਇਤਿਹਾਸ ਵਿੱਚ ਨਾਂ ਦਰਬਾਰੀ ਸਿੰਘ ਤੇ ਕਰਵਾਰੀ ਸਿੰਘ ਆਉਂਦਾ, ਭੋਗ ਤੋਂ ਉਪਰੰਤ ਸਾਰੇ ਮਿਲ ਕੇ ਬੈਠੇ ਸਾਰੇ ਮਾਝੇ ਦੇ ਇਲਾਕੇ ਜਿਹੜੇ ਆਨੰਦਪੁਰ ਸਾਹਿਬ ਉਸ ਵੇਲੇ ਸਮੇਂ ਨਾ ਜਾ ਸਕੇ ਜਦੋਂ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ। ਖਬਰਾਂ ਮਿਲੀਆਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਛੱਡ ਕੇ ਤੁਰੇ, ਸਰਸਾ ਉੱਤੇ ਖਾਲਸੇ ਦਾ ਬਹੁਤ ਵੱਡਾ ਨੁਕਸਾਨ ਹੋਇਆ, ਜਾਨੀ ਚਮਕੌਰ ਸਾਹਿਬ ਨੂੰ 10 ਲੱਖ ਨੇ ਘੇਰਾ ਪਾਇਆ, ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ, ਛੋਟੇ ਸਾਹਿਬਜ਼ਾਦਿਆਂ ਨੂੰ ਕੰਧਾਂ ਵਿੱਚ ਚਿਣ ਕੇ ਅਨੇਕਾਂ ਤਸੀਹੇ ਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਉੱਤੇ ਨਤਮਸਤਕ ਹੋਣਾ ਚਾਹੀਦਾ ਹੈ। ਗੁਰਦੇਵ ਜੀ ਦੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਹੋਈਆਂ, ਇਸ ਵੇਲੇ ਸਾਨੂੰ ਗੁਰੂ ਦੇ ਲਾਡਲੇ ਖਾਲਸੇ ਬਣ ਕੇ ਸੱਜੇ ਤੇ ਖੱਬੇ ਖਲੋਣਾ ਚਾਹੀਦਾ ਹੈ। ਸਰਦਾਰ ਮਹਾ ਸਿੰਘ ਮਾਈ ਭਾਗ ਕੌਰ ਬਾਬਾ ਖੁਸ਼ਹਾਲ ਸਿੰਘ ਦੀ ਅਗਵਾਈ ਹੇਠ 25 ਪੱਟੀ ਵਿੱਚ ਇਕੱਠ ਕਰਕੇ ਵੱਡਾ ਜਥਾ ਲੈ ਕੇ ਕਰਕੇ ਅਰਦਾਸ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਮਾਝੇ ਵਾਲੇ ਸਰਦਾਰ ਕੇਸਰੀ ਨਿਸ਼ਾਨ ਲੈ ਕੇ ਘੋੜਿਆਂ ਤੇ ਅਸਵਾਰ ਹੋ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ, ਮੋਹੇ ਮਰਨੇ ਕਾ ਚਾਓ ਹੈ ਮਰੋ ਧਾਰ ਕੇ ਦੁਆਰ ਪੜਦੇ, ਗੁਰੂ ਕੇ ਖਾਲਸੇ ਜਿਵੇਂ ਮਾਝੇ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵੱਲ ਨੂੰ ਨਾਮ ਵਿੱਚ ਰਤੀਆਂ ਰੂਹਾਂ ਸ਼ਹੀਦੀਆਂ ਪ੍ਰਾਪਤ ਕਰਨ ਵਾਸਤੇ ਗੁਰਦੇਵ ਤੋਂ ਆਪਣੀਆਂ ਜਾਨਾਂ ਕੋਲ ਸਿੰਘ ਨੂੰ ਪਾਰੇ ਵਾਂਗਰ ਤੜਪੇ ਪੈ ਗਈ ਅੱਗ ਬਰੂਦ ਤੇ ਜਿਵੇਂ ਦਿਲ ਵਿੱਚ ਭਾਂਬੜ ਭੜਕੇ ਲੱਗੀ ਬੋਲੀ ਮਹਾ ਸਿੰਘ ਨੂੰ ਪਾਰੇ ਵਾਂਗੂ ਤੜਪੇ ਪੈ ਗਈ ਅੱਗ ਬਰੂਦ ਤੇ ਜਿਵੇਂ ਦਿਲ ਵਿੱਚ ਭਾਂਬੜ ਭੜਕੇ ਉਹ ਛਿੜਕ ਗਏ ਸਨ ਲੂਣ ਸਮਝ ਲੋ ਜ਼ਖਮ ਅਜੇ ਸੀ ਅੱਲੇ ਦਸਮ ਪਿਤਾ ਤੋਂ ਜਿੰਦ ਕਮਾਵਣਾ ਮਰਦ ਮਾਝਿਓ ਚੱਲੇ ਮਾਂ ਭਾਗੋ ਕਰ ਕੱਠ ਬਲਾ ਕੇ ਮਹਾ ਸਿੰਘ ਲਲਕਾਰੇ ਦੇਸ ਰਾਜ ਦੇ ਭੋਗ ਦੇ ਉੱਤੇ ਇਕੱਠੇ ਹੋਏ ਸਨ ਸਾਰੇ ਕਿੱਲ ਵਿੜਾ ਜਿੱਤੇ ਢਿੱਲੋਂ ਸੰਧੂ ਗਿੱਲ ਵੜੈ ਜਿੱਤੇ ਢਿੱਲੋਂ ਸੰਧੂ ਨਾਲ ਰਲੇ ਕੁਝ ਪੱਲੇ ਦਸਮ ਪਿਤਾ ਤੋਂ ਜਿੰਦ ਕਮਾਵਣਾ ਮਰਦ ਮਾਝੇ ਉਹ ਚੱਲੇ ਕਿੱਲੀਆਂ ਉੱਤੋਂ ਟੰਗੇ ਸ਼ਹਿਤਰ ਲਾਲ ਫੇਰ ਦਬਾਰੇ ਨੇਜੇ ਪਰਛੇ ਤੀਰ ਕਮਾਨਾ ਚੱਕਰਾਂ ਦੇ ਚਮਕਾਰੇ ਚੇੜੇ ਰਾਹਾਂ ਵਿੱਚ ਦੀ ਲੰਘਣਾ ਲੋਕ ਕਹਿਣ ਪਏ ਬੱਲੇ ਦਸਮ ਪਿਤਾ ਤੋਂ ਜਿੰਦ ਕਮਾਵਣਾ ਮਰਦ ਮਾ
ਦਰਿਆ ਚੱਲੇ ਪੱਥਰਾਂ ਉੱਤੇ ਰਗੜ ਰਗੜ ਕੇ ਤਿੱਖੀਆਂ ਕਰ ਤਲਵਾਰਾਂ ਤੀਰਾਂ ਦੇ ਨਾਲ ਪੱਥੇ ਭਰ ਲੈ ਅਣਖੀ ਸਿੰਘਾਂ ਸਰਦਾਰਾਂ ਜਿਹੜੇ ਰਾਹ ਵਿੱਚ ਦੀ ਲੰਘਣਾ ਲੋਕ ਕਹਿਣ ਪੈ ਬੱਲੇ ਦਸਮ ਪਿਤਾ ਤੋਂ ਜਿੰਦ ਕਮਾਵੈਣਾ ਮਰਦ ਮਾਚਿਓ ਚੱਲੇ ਚੂਝ ਜੰਗਲਾਂ ਵਿੱਚ ਵੈਰੀ ਦੇ ਨਾਲ ਲਾਲ ਵਾਰ ਕੇ ਚਾਰੇ ਦੀਨੇ ਕਾਂਗੜ ਵਿੱਚ ਮਾਲਵੇ ਸੁਣਿਆ ਗੁਰੂ ਪਧਾਰੇ ਉਧਰ ਖਾਣ ਵਿੱਚ ਜੀਤਾ ਸੁਣਿਆ ਸਖਤ ਸੁਨੇਹੇ ਕੱਲੇ ਦਸਮ ਪਿਤਾ ਤੋਂ ਜਿੰਦ ਕਮਾਵੈਣਾ ਮਰਦ ਮਾਚਿਓ ਚੱਲੇ ਉਧਰ ਚੜਿਆ ਖਾਨ ਸਰੰਦੋਂ ਲੈ ਕੇ ਲਸ਼ਕਰ ਲਾਣੇ ਦਸਮ ਪਾਤਸ਼ਾਹ ਲੰਘ ਕੇ ਜੈਤੋਂ ਪਹੁੰਚੇ ਰਾਮੇ ਆਣੇ ਧਰਮ ਸਿੰਘ ਮਨ ਟੱਲੇ ਦਸਮ ਪਿਤਾ ਤੋਂ ਜਿੰਦ ਕਮਾਵੈਣਾ ਮਰਦ ਮਾਚਿਓ ਚੱਲੇ ਉਧਰ ਭਾਈ ਮਹਾ ਸਿੰਘ ਜੀ ਲੰਮੇ ਪੰਗ ਮਗਾ ਕੇ ਆਣ ਮਿਲੇ ਸੀ ਰਾਮੇ ਆਣੇ ਰਸਤਾ ਪੁੱਛ ਪਛਾ ਕੇ ਲੈ ਸਿੰਘਾ ਫਿਰ ਤੱਲੇ ਕਰ ਦੇ ਵਿੱਚ ਪਾ ਕੇ ਪੱਲੇ ਦਸਮ ਪਿਤਾ ਤੋਂ ਜਿੰਦ ਕਮਾਵੈਣਾ ਮਰਦ ਮਾਚਿਓ ਚੱਲੇ ਸ਼ਹੀਦ ਬਾਬਾ ਸੁੱਖਾ ਸਿੰਘ ਸਾਹਿਬ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਵੀਰ ਸੁਖਦੇਵ ਸਿੰਘ ਸਾਹਿਬ ਜੀ ਉਹਨਾਂ ਵੱਲੋਂ ਹੋਰ 100 ਰੁਪਇਆ ਇਨਾਮ ਭੇਜਿਆ ਗਿਆ ਧੰਨਵਾਦ ਕਰਦਾ ਸਰਦਾਰ ਮਹਾ ਸਿੰਘ ਦੀ ਅਗਵਾਈ ਹੇਠ ਮਾਝੇ ਵਾਲੇ ਸਰਦਾਰ ਹਰੀ ਕੇ ਪੱਤਣ ਨੂੰ ਲੰਘ ਕੇ ਮਖੂ ਜੀਰੇ ਥਾਣੀ ਹੁੰਦੇ ਹੋਏ ਪੁੱਛਦੇ ਪਛਾਉਂਦੇ ਅੱਜ ਜਿੱਥੇ ਪਿੰਡ ਮੱਲਣ ਸੋਢੀਆਂ ਹੈ ਰਾਮੇ ਆਣੇ ਤੇ ਰੁਪਾਣੇ ਦੇ ਵਿਚਕਾਰ ਉੱਥੇ ਇੱਕ ਢਾਬ ਸੀ ਉਸ ਢਾਬ ਦੇ ਨਜ਼ਦੀਕ ਸਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਮਾਝੇ ਵਾਲੇ ਉੱਚੀ ਉੱਚੀ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਉਹਦੇ ਨਜ਼ਦੀਕ ਪਹੁੰਚੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜੇ ਨਾਲ ਸਿੰਘ ਸਨ ਉਹਨਾਂ ਤੋਂ ਪੁੱਛਿਆ ਵੀ ਇਧਰੋਂ ਆਵਾਜ਼ ਆ ਰਹੀ ਹੈ ਸਤਨਾਮ ਵਾਹਿਗੁਰੂ ਦੀ ਇੱਕ ਸਿੱਖ ਨੇ ਰੁੱਖ ਤੇ ਚੜ੍ਹ ਕੇ ਵੇਖ ਕੇ ਦੱਸਿਆ ਕਿ ਪਾਤਸ਼ਾਹ ਕੇਸਰੀ ਨਿਸ਼ਾਨ ਸਾਹਿਬ ਝੁਲਦਾ ਆ ਰਿਹਾ ਘੋੜਿਆਂ ਉੱਤੇ ਅਸਵਾਰ ਬਹੁਤ ਸਾਰੇ ਸਿੰਘ ਜਿਨ੍ਹਾਂ ਦੇ ਨੀਲੇ ਪੀਲੇ ਦਸਤਾਰੇ ਕਈਆਂ ਦੇ ਦਸਤਾਰਿਆਂ ਉੱਪਰ ਫਰਲੇ ਨਿਕਲੇ ਹੋਏ ਦਿਸਰਾਂ ਨੇ ਉੱਚੀ ਉੱਚੀ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਆ ਰਹੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੱਖ ਨੂੰ ਇਸ਼ਾਰਾ ਕੀਤਾ ਉਸ ਢਾਬ ਜਿਹੜੀ ਸੁੱਕੀ ਹੋਈ ਸੀ ਉੱਥੇ ਚਾਦਰਾਂ ਵਿਛਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠ ਗਏ ਗਾਇ ਸਰਦਾਰ ਮਹਾ ਸਿੰਘ ਹੋਣੀ ਬਾਬਾ ਖੁਸ਼ਹਾਲ ਸਿੰਘ ਭੱਲਾ ਯਾਦ ਰਹੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜਦੋਂ ਚੌਥੇ ਪਾਤਸ਼ਾਹ ਟਿਕਦੇ ਨੇ ਭਾਈ ਜੇਠਾ ਜੀ ਨੂੰ ਗੁਰੂ ਰਾਮਦਾਸ ਮਹਾਰਾਜ ਬਣਾਉਂਦੇ ਨੇ ਜਿੱਥੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੁਕਮ ਮੰਨ ਕੇ ਬਾਬਾ ਮੋਹਰੀ ਜੀ ਨੇ ਮੱਥਾ ਟੇਕਿਆ ਬਾਬਾ ਮੋਹਨ ਜੀ ਉੱਠ ਕੇ ਚਲੇ ਗਏ ਅਸੀਂ ਗੁਰਬਾਣੀ ਵਿੱਚ ਪੜ੍ਹਦੇ ਹਾਂ ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸ ਪੈਰੀ ਪਾਏ ਜੀ ਬਾਬਾ ਮੋਹਰੀ ਜੀ ਦੀ ਅੰਸ਼ ਬੰਸ਼ ਵਿੱਚੋਂ ਇੱਕ ਵੀ ਉਧਾਰ ਨਹੀਂ ਮਿਲਦੀ ਕਿ ਉਹ ਸਮੇਂ ਦੇ ਗੁਰੂ ਸਾਹਿਬ ਤੋਂ ਪਾਸੇ ਹੋਏ ਹੋਏ 8ਵੀਂ ਪੀੜ੍ਹੀ ਵਿੱਚੋਂ ਬਾਬਾ ਖੁਸ਼ਹਾਲ ਸਿੰਘ ਭੱਲਾ ਉਹਨਾਂ ਨੂੰ ਸਾਰੇ ਮਾਝੇ ਵਾਲਿਆਂ ਨੇ ਪੁੱਛਿਆ ਸੀ ਬਾਬਾ ਜੀ ਹੁਣ ਕੀ ਕਰਨਾ ਚਾਹੀਦਾ ਜਦੋਂ ਪੱਟੀ ਵਿੱਚ ਆਏ ਸਨ ਦੇਸ ਰਾਜ ਵਿਚਾਰ ਵੜਾਚ ਦੇ ਦਸਹਿਰੇ ਉੱਤੇ ਇਹ ਦੇਸ ਰਾਜ ਮਾਈ ਭਾਗ ਕੌਰ ਦੇ ਸਹੁਰਾ ਸਾਹਿਬ ਸਨ ਭਾਈ ਦੇਸ ਰਾਜ ਦਾ ਪੁੱਤਰ ਨਿਧਾਨ ਸਿੰਘ
ਉਹਦੇ ਨਾਲ ਮਾਈ ਭਾਗ ਕੌਰ ਜੀ ਵਿਆਹੇ ਹੋਏ ਸਨ ਪੱਟੀ ਵਿੱਚ। ਮਾਈ ਭਾਗ ਕੌਰ ਜਿਨ੍ਹਾਂ ਦੇ ਭਰਾਤਾ ਭਾਈ ਭਾਗ ਸਿੰਘ, ਦਲਬਾਗ ਸਿੰਘ, ਕਰਬਾਰਾ ਸਿੰਘ, ਦਰਬਾਰਾ ਸਿੰਘ ਇਹ ਸਾਰੇ ਇੱਥੇ ਇਕੱਤਰ ਸਨ, ਕਿਉਂਕਿ ਉਹਨਾਂ ਦੇ ਭੈਣ ਜੀ ਦੇ ਸਹੁਰਾ ਜੀ ਦੀ ਅੰਤਮ ਅਰਦਾਸ। ਇਹ ਸਾਰੇ ਇੱਥੇ ਜਥੇ ਦੇ ਰੂਪ ਵਿੱਚ ਸਰਦਾਰ ਮਹਾ ਸਿੰਘ ਦੀ ਅਗਵਾਈ ਹੇਠ ਗਏ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਉੱਤੇ ਜਾ ਕੇ ਮੱਥਾ ਟੇਕਿਆ। ਗੁਰਦੇਵ ਜੀ ਨਾਲ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਰਸਮੀ ਜੋ ਮਾਤਮ ਪਰੋਸੀ ਹੈ ਉਹਦੀ ਗੱਲਬਾਤ ਕੀਤੀ। ਪਾਤਸ਼ਾਹ ਸੀ ਆਨੰਦਪੁਰ ਸਾਹਿਬ ਤੋਂ ਲੈ ਕੇ ਆਪ ਜੀ ਦੇ ਨਾਲ ਪਹੁੰਚ ਨਹੀਂ ਸਕੇ, ਕਿਉਂਕਿ ਅੱਜ ਵਰਗਾ ਸਮਾਂ ਨਹੀਂ ਸੀ, ਨੱਟ ਦਾ ਯੁੱਗ ਹੈ। ਅੱਜ ਦੀਵਾਨ ਮਾੜੀ ਕੰਬੋ ਵਿੱਚ ਹੋ ਰਿਹਾ, ਮਾੜੀ ਕੰਬੋ ਕੇ ਵਿੱਚ ਤੇ ਲਾਈਵ ਪੂਰੇ ਸੰਸਾਰ ਵਿੱਚ ਮੋਬਾਈਲ ਟੀਵੀ ਵਾਲੇ ਵਿਖਾ ਰਹੇ। ਉਹ ਸਮਾਂ ਸੀ ਜਦੋਂ ਆਨੰਦਪੁਰ ਸਾਹਿਬ ਜਾਣ ਵਾਸਤੇ ਕਈ ਕਈ ਦਿਨ ਲੱਗਦੇ ਸਨ, ਮਹੀਨੇ ਲੱਗ ਜਾਂਦੇ ਸਨ ਤੇ ਖਬਰਾਂ ਆਉਣ ਤੇ ਵੀ ਸਮੇਂ ਲੱਗਦੇ ਸਨ। ਇਹ ਮਾਝੇ ਵਾਲੇ ਸਰਦਾਰ ਗੁਰਦੇਵ ਨਾਲ ਗੱਲਬਾਤ ਕਰ ਰਹੇ ਸਨ ਜਾਂ ਸਿੱਖ ਨੇ ਆ ਕੇ ਬੇਨਤੀ ਕੀਤੀ, ਪਾਤਸ਼ਾਹ ਸੂਈਏ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਵਜ਼ੀਰ ਖਾਨ 8000 ਫੌਜ ਲੈ ਕੇ ਮਾਰੋ ਮਾਰ ਕਰਦਾ ਹਮਲਾਵਰ ਹੋਣ ਵਾਸਤੇ ਆ ਰਿਹਾ। ਯਾਦ ਰਹੇ ਇਸ ਇਤਿਹਾਸ ਨੂੰ ਕੁਝ ਲੋਕਾਂ ਨੇ ਵਿਗਾੜ ਕੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹਜ਼ੂਰੀ ਕਵੀ ਹੈ, ਕਵੀ ਸੈਨਾਪਤ ਜਿਹਨੇ ਪਾਤਸ਼ਾਹ ਦੇ ਪਵਿੱਤਰ ਇਤਿਹਾਸ ਨੂੰ ਲਿਖਿਆ, ਉਹ ਆਨੰਦਪੁਰ ਸਾਹਿਬ ਛੱਡਣ ਵੇਲੇ ਦਾ ਇਤਿਹਾਸ ਜਦੋਂ ਲਿਖਦਾ ਉੱਥੇ ਕੋਈ ਵਿਦਾਵੇ ਨਾ ਉਹਦਾ ਸ਼ਬਦ ਨਹੀਂ। ਹਾਂ, ਉਹਨੇ ਇਹ ਲਿਖਿਆ ਕਿ ਸਿੱਖਾਂ ਨੇ ਬੇਨਤੀ ਕੀਤੀ ਤੇ ਮਹਾਰਾਜ ਨੇ ਕਿਹਾ ਕਿਤਕ ਦਿਨ ਤੁਮ ਔਰ ਬਤਾਵੋ ਫਿਰ ਮਨ ਇਸੇ ਭੋਜਨ ਖਾਵੋ, ਸਾਡੇ ਤੇ ਆਨੰਦਗੜ੍ਹ ਹੋਤ ਵੀਰ ਸੰਗਰਾਮ, ਬਹੁਤ ਹੋਏ ਸੰਗਰਾਮ ਤੇ ਸਿੰਘਾਂ ਕਿਹਾ ਮਹਾਰਾਜ ਭੁੱਖ ਦਾ ਦੁੱਖ, ਸਾਡੇ ਭਰਾ ਸਾਡੇ ਸਾਹਮਣੇ ਜਦੋਂ ਤੜਫ ਤੜਫ ਕੇ ਸ਼ਹੀਦ ਹੁੰਦੇ ਨੇ, ਜਰੇ ਨਹੀਂ ਜਾਂਦੇ, ਆਨੰਦਪੁਰ ਸਾਹਿਬ ਛੱਡ ਦੀਏ ਕਿੰਨਾ ਕੁ ਵੱਡਾ ਨੁਕਸਾਨ ਹੋਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਬਹੁ ਗਿਣਤੀ ਦੀ ਬਹੁਤ ਵੱਡੀ ਕਦਰ ਕਰਿਆ ਕਰਦੇ ਸੀ। ਪੰਜ ਪਿਆਰੇ ਸਾਜਣਾ ਤੋਂ ਬਾਅਦ ਪੰਜਾਂ ਸਿੰਘਾਂ ਦਾ ਹੁਕਮ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਪੜ੍ਹੋ, ਕਦੇ ਪਾਤਸ਼ਾਹ ਦੇ ਪਾਸੇ ਕੀਤਾ ਹੋਏ ਦਰਕਿਨਾਰ ਕੀਤਾ। ਪੰਜਾਂ ਸਿੰਘਾਂ ਦੀ ਰਾਹ ਆਪਣੀ ਰਾਹ ਨਾਲੋਂ ਵੱਡੀ ਸਮਝਿਆ ਕਰਦੇ ਸਨ ਧੰਨ ਗੁਰੂ ਗੋਬਿੰਦ ਸਿੰਘ। ਕਵੀ ਸੈਨਾਪਤ ਤੋਂ ਬਾਅਦ 93 ਸਾਲ ਬਾਅਦ ਭਾਈ ਸੁੱਖਾ ਸਿੰਘ ਕੇਸਗੜ੍ਹ ਸਾਹਿਬ ਦਾ ਗ੍ਰੰਥੀ ਹੋਇਆ, ਜਿਹਨੇ ਗੁਰਬਿਲਾਸ ਪਾਤਸ਼ਾਹੀ 10ਵੀਂ ਲਿਖਿਆ। ਉਹਨੇ ਬਹੁਤ ਸਾਰੀਆਂ ਕਵੀ ਸੈਨਾਪਤ ਦੀਆਂ ਲੈਣਾਂ ਚੁੱਕ ਚੁੱਕ ਕੇ ਆਪਣੇ ਗੁਰਬਿਲਾਸ ਵਿੱਚ ਲਿਖੀਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੰਘਾਂ ਨੂੰ ਕਿਹਾ ਸੀ ਮੇਰੇ ਕੋਲੋਂ ਲਿਖ ਕੇ ਲੈ ਲਓ, ਖਾਲਸੇ ਦਾ ਆਨੰਦਪੁਰ ਸਾਹਿਬ ਛੱਡਣ ਨਾਲ ਬਹੁਤ ਵੱਡਾ ਨੁਕਸਾਨ ਹੋਏਗਾ। ਪਾਤਸ਼ਾਹ ਨੇ ਕਿਹਾ ਸੀ ਜਾਉ ਤੋ ਸੌ ਸਭ ਹੱਦ, ਲਿਖਵਾਏ ਹੋ ਤਿਆਰ ਤਬੋ ਫਰਮਾਏ, ਤੇ ਕਵੀ ਸੁੱਖਾ ਸਿੰਘ ਨੇ ਲਿਖਵਾਏ ਤੋਂ ਲਿਖਵਾਈ ਕਰ ਦਿੱਤਾ। ਕਹਿੰਦਾ ਜਾਉ ਤੋ ਸੌ ਸਭ ਹੱਦ ਲਿਖਵਾਈ, ਇਹਨੇ ਬਦਾਵਾ ਬਣਾਇਆ ਕਵੀ ਸੁੱਖਾ ਸਿੰਘ ਕੇਸਗੜ੍ਹ ਸਾਹਿਬ ਵਾਲੇ, ਕਹਿੰਦਾ ਸਿੱਖੀ ਗੁਰੂ ਬਦਾਵ ਕਰਾ। ਇੱਥੋਂ ਬਦਾਵਾ ਸ਼ਬਦ ਸਾਡੇ ਇਤਿਹਾਸ ਵਿੱਚ ਆਇਆ ਤੇ ਸਤਿਕਾਰਯੋਗ ਮਾਤਾ ਜੀ ਨੂੰ ਮੋਹਰੀ ਲਿਖੀ। ਉਹ ਕਹਿੰਦਾ ਭਈ ਕੋਪ ਮਨ ਮਾਤ ਵਡੇਰੀ, ਲਿਖਿਓ ਬਦਾਵਾ ਜਨਨ ਤੇ। ਦੂਜਾ ਬਦਾਵਾ ਇੱਥੇ ਆ ਰਾਮੇਆਣੇ ਦੀ ਗੱਲ, ਜਿਹੜੀ ਢਾਬ ਦੀ ਮੈਂ ਗੱਲ ਜਿੱਥੋਂ ਸ਼ੁਰੂ ਕੀਤੀ ਹੈ, ਕਹਿੰਦਾ ਇੱਥੇ ਮਾਝੇ ਵਾਲੇ ਚੌਧਰੀਆਂ ਨੇ ਲਿਖ ਕੇ ਦਿੱਤਾ। ਕਹਿੰਦਾ ਉਹਨਾਂ ਦਾ ਸਰਮੌਰ ਸੀ ਭਾਈ ਭਾਗ ਸਿੰਘ, ਮਾਈ ਭਾਗ ਕੌਰ ਦਾ ਭਰਾ, ਤੇ ਜਦੋਂ ਮੁਕਤਸਰ ਸਾਹਿਬ ਸ਼ਹੀਦ ਹੋਇਆ ਇਸ ਮੁਕਤਸਰ ਸਾਹਿਬ ਦੀ ਢਾਬ, ਹੁਣ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਰਹਿਣਾ ਸੀ, ਉਹਨਾਂ ਨੂੰ ਲਿਖ ਕੇ ਦੇਣ ਦੀ ਕੀ ਲੋੜ ਸੀ। ਤੇ ਜੇ ਮਾਝੇ ਤੋਂ ਗਏ ਹੋਏ ਸਿੰਘਾਂ ਨੇ ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਿਹਾ ਸਰਕਾਰ ਨਾਲ ਤੁਹਾਡੀ ਸੁਲਾਹ ਕਰਾ ਦਿੰਦੇ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸੁਲਾਹ ਵਾਲਿਓ, ਤੁਸੀਂ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਵੇਲੇ ਕਿੱਥੇ ਸੀ, ਨੌਵੇਂ ਪਾਤਸ਼ਾਹ ਦੀ ਸ਼ਹਾਦਤ ਵੇਲੇ ਕਿੱਥੇ ਸੀ, ਤੁਸੀਂ ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵੇਲੇ ਕਿੱਥੇ ਸੀ। ਕਹਿੰਦੇ ਚਲੋ ਜਾਓ, ਮੈਨੂੰ ਨੀ ਤੁਹਾਡੀ ਲੋੜ। ਗੁਰੂ ਗੋਬਿੰਦ ਸਿੰਘ ਮਹਾਰਾਜ ਆਮ ਮਨੁੱਖਾਂ ਵਰਗੇ ਨਹੀਂ ਸੀ,
ਉਹ ਮਹਾਨ ਗੁਰੂ ਸਨ। ਉਹ ਤੇ ਕਹਿੰਦੇ ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਉਹ ਤੇ ਜਗਤ ਨੂੰ ਤਮਾਸ਼ੇ ਦੀ ਤਰ੍ਹਾਂ ਵੇਖਿਆ, ਪੌਣੇ 42 ਸਾਲ ਦੀ ਛੋਟੀ ਜੀ ਉਮਰ ਸਰੀਰਕ, ਪਰ 42 ਜੁੱਗਾਂ ਵਰਗਾ ਕਾਰਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤਾ। ਉਹ ਤੇ ਸਿੱਖਾਂ ਦੀ ਰਹਿ ਨੂੰ ਬੜੀ ਉੱਤਮ ਰਾਹ ਸਮਝਿਆ ਕਰਦੇ ਸਨ। ਉਹ ਇੰਨੇ ਕਾਲੇ ਪੈਣ ਵਾਲੇ ਨਹੀਂ ਸਨ। ਕਦੇ ਮੇਰਾ ਵਾਰ ਕਰ ਅਸਾਂ ਸੁਣਿਆ ਤੂੰ ਬੜਾ ਵੱਡਾ ਤੀਰ ਅੰਦਾਜ਼ ਨੇ ਵਾਰ ਕਰਨਾ ਦੱਸਿਆ ਹੀ। ਕਦੇ ਰਣ ਮੈਦਾਨ ਵਿੱਚ ਜਿਹੜਾ ਗੁਰੂ ਕਾਲਾ ਨਹੀਂ ਪੈਂਦਾ। ਕਿਸੇ ਸਿੱਖ ਨੇ ਰਾਮੇ ਵਾਲੇ ਦੇ ਕੋਲ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇਹ ਨਹੀਂ ਕਿਹਾ ਕਿ ਮਹਾਰਾਜ ਅਸੀਂ ਸੁਲਾਹ ਕਰਾਉਣ ਵਾਸਤੇ। ਜਿਹੜੇ ਪੀੜ੍ਹੀ ਦਰ ਪੀੜ੍ਹੀ ਗੁਰੂ ਦੇ ਚਰਨਾਂ ਤੋਂ ਵਿਕੇ ਹੋਏ ਸਿੱਖ, ਭਾਈ ਲੰਗਾ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਵੇਲੇ ਸਿੱਖੀ ਵਿੱਚ ਆਉਂਦੇ, ਉਹਦੇ ਵੱਡੇ ਭਰਾ ਪੇਰੋ ਸ਼ਾਹ ਦੇ ਪੁੱਤਰ ਨੇ ਭਾਈ ਭਾਗ ਪੋਤਰੇ ਨੇ ਭਾਈ ਭਾਗ ਸਿੰਘ, ਦਲਬਾਗ ਸਿੰਘ, ਦਰਬਾਰਾ ਸਿੰਘ, ਕਰਵਾਰਾ ਸਿੰਘ, ਮਾਲੇ ਸ਼ਾਹ ਜਾਂ ਮਾਲੋ ਸ਼ਾਹ ਕਰਕੇ ਨਾਂ ਆਉਂਦਾ ਭਾਈ ਪੇਰੋ ਸ਼ਾਹ ਦੇ ਪੁੱਤਰ ਦਾ। ਉਹ ਤੇ ਗੁਰੂ ਦੇ ਚਰਨਾਂ ਤੋਂ ਵਿਕੇ ਹੋਏ ਸਿੱਖ ਨੇ ਦੱਸਿਆ ਵਜ਼ੀਰ ਖਾਂ 8000 ਫੌਜ ਲੈ ਕੇ ਆ ਰਿਹਾ। ਪਾਤਸ਼ਾਹ ਉੱਠੇ ਢਾਬ ਤੋਂ, ਜਿਹੜੇ ਨਜ਼ਦੀਕੀ ਜਿਹੜੇ ਦੀਨੇ ਕਾਂਗੜ ਤੋਂ ਲੈ ਕੇ ਸਿੱਖ ਨਾਲ ਚੱਲਦੇ ਆ ਰਹੇ ਸਨ ਉਹ ਨਾਲ ਤੁਰੇ। ਕੋਟ ਕਪੂਰੇ ਵਾਲੇ ਕਪੂਰੇ ਦਾ ਇੱਕ ਸਿਪਾਹੀ ਰਸਤਾ ਵਿਖਾਉਂਦਾ ਜਾ ਰਿਹਾ ਸੀ, ਦੱਸਿਆ ਸੀ ਕਿ ਢਾਬ ਉੱਤੇ ਮੋਰਚੇ ਮੱਲੇ ਜਾ ਸਕਦੇ ਨੇ, ਵਜ਼ੀਰ ਖਾਂ ਦਾ ਮੁਕਾਬਲਾ ਕੀਤਾ ਜਾ ਸਕਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਖਿਦਰਾਣੇ ਦੀ ਢਾਬ ਵੱਲ ਨੂੰ ਤੁਰੇ। ਨਾਲ ਨਾਲ ਮਾਝੇ ਵਾਲੇ ਇਹ ਸਰਦਾਰ ਜਿਨ੍ਹਾਂ ਦੀ ਇਤਿਹਾਸ ਵਿੱਚ ਗਿਣਤੀ 400 ਤੋਂ ਵੱਧ ਸਾਡੇ ਸਿੱਖ ਇਤਿਹਾਸਕਾਰਾਂ ਨੇ ਲਿਖੀ, ਇਹ ਵੀ ਮਗਰ ਜੈਕਾਰਾ ਲਾਉਂਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਤੁਰ ਪਏ। ਪਾਤਸ਼ਾਹ ਢਾਬ ਨੂੰ ਲੰਘ ਕੇ ਅੱਗੇ ਟਿੱਬੀ ਉੱਚੀ ਜਗ੍ਹਾ ਉੱਤੇ ਪਹੁੰਚੇ। ਮਾਝੇ ਵਾਲੇ ਸਰਦਾਰਾਂ ਨੇ ਇਸ ਢਾਬ ਦੇ ਕਿਨਾਰੇ ਮੋਰਚੇ ਬਣਾ ਲਏ। ਜਿਹੜੇ ਕਮਰ ਕੱਸੇ ਲੱਗੇ ਹੋਏ ਕੱਪੜੇ ਸਨ ਖੋਲ ਕੇ ਉਹ ਕਰੀਰਾਂ ਉੱਤੇ ਝਾੜਾਂ ਉੱਤੇ ਤੰਬੂਆਂ ਦੀ ਤਰ੍ਹਾਂ ਸ਼ੇਪ ਬਣਾ ਕੇ ਉਹਦੇ ਪਿਛਲੇ ਬੰਨੇ ਹੋ ਕੇ ਢਾਬ ਦੇ ਕਿਨਾਰੇ ਨੂੰ ਮੋਰਚੇ ਬਣਾ ਕੇ ਵਜ਼ੀਰ ਖਾਂ ਦੀ 8000 ਫੌਜ ਦੀ ਉਡੀਕ ਕਰਨ ਲੱਗੇ। ਸਰਦਾਰ ਮਾਝੇ ਵਾਲੇ ਮਹਾ ਸਿੰਘ ਦੀ ਅਗਵਾਈ ਹੇਠ, ਮਾਈ ਭਾਗ ਕੌਰ ਦੀ ਅਗਵਾਈ ਹੇਠ ਆ ਵਜ਼ੀਰ ਖਾਂ 8000 ਫੌਜ ਦੇ ਮਾਣ ਉੱਤੇ ਮਾਰੋ ਮਾਰ ਕਰਦਾ ਕਿ ਸਿੱਖਾਂ ਦੇ ਗੁਰੂ ਕੋਲ ਮੁੱਠੀ ਭਰ ਸਿੰਘ ਨੇ ਸੈਂਕੜੇ ਵੀ ਪੂਰੇ ਨਹੀਂ, ਵਜ਼ੀਰ ਖਾਂ ਦੇ ਸੁਝਾਂ ਨੇ ਦੱਸਿਆ ਸੀ, ਹੱਥੋਂ ਹੱਥੀ ਪਕੜਨ ਵਾਸਤੇ ਆਇਆ। ਜਦੋਂ ਢਾਬ ਦੇ ਸਾਹਮਣੇ ਪਹੁੰਚਾ 8000 ਫੌਜ ਲਾ ਕੇ, ਸਰਦਾਰ ਮਹਾ ਸਿੰਘ, ਬਾਬਾ ਖੁਸ਼ਹਾਲ ਸਿੰਘ ਭੱਲਾ, ਮਾਈ ਭਾਗ ਕੌਰ, ਭਾਈ ਭਾਗ ਸਿੰਘ, ਦਲਬਾਗ ਸਿੰਘ, ਦਰਬਾਰਾ ਸਿੰਘ, ਕਰਬਾਰਾ ਸਿੰਘ, ਮਾਝੇ ਵਾਲੇ ਸਰਦਾਰਾਂ ਨੇ ਸਤਿ ਸ੍ਰੀ ਅਕਾਲ ਦੇ ਜੈਕਾਰੇ ਲਾ ਕੇ ਵਜ਼ੀਰ ਖਾਂ ਦੀ 8000 ਫੌਜ ਉੱਤੇ ਪਹਿਲਾ ਮਾਰੂ ਹਮਲਾ ਹੈ ਇੰਜ ਕਰ ਦਿੱਤਾ। ਖਦਰਾ ਨੇ ਢਾਬ ਉੱਤੇ ਪੁੱਜਾ ਜਦੋਂ ਦੁਸ਼ਮਣ ਦਲ ਆ ਕੇ, ਮਹਾ ਸਿੰਘ ਬਹਾਦਰ ਨੇ ਹਮਲਾ ਕਰਤਾ ਕਾਲ ਗਜਾ ਕੇ, ਜੋ ਕੀਤੀ ਭੁਲਿਆ ਪਾ ਦਸਵੇਂ ਦਰ ਤੋਂ ਗੁਲ ਪੁਛਗਾਈਏ, ਕਹੇ ਮਹਾ ਸਿੰਘ ਸੂਰਮਿਓ ਆਪਾਂ ਅਣਖ ਬਦਲੇ ਮਰ ਜਾਈਏ। ਖਦਰਾਣੇ ਢਾਬ ਉੱਤੇ ਪੁੱਜਾ ਜਦ ਦੁਸ਼ਮਣ ਦਲ ਆ ਕੇ, ਮਹਾ ਸਿੰਘ ਬਹਾਦਰ ਨੇ ਹਮਲਾ ਕਰਤਾ ਕਾਲ ਗਜਾ ਕੇ, ਉਹ ਦਸਵਾਂ ਗੁਰੂ ਫੜਨ ਗਏ ਬਹਿ ਗਏ ਆਪ ਗਵਾ ਕੀ ਜਾਨਾ, ਦੁਸ਼ਮਣ ਦੀਆਂ ਫੌਜਾਂ ਦੇ ਲਾਤੇ ਪਲ ਵਿੱਚ ਕਾਣ ਜਵਾਨਾ, ਪਾਏ ਲੀੜੇ ਚਾਰਾਂ ਦੇ ਦੁਸ਼ਮਣ ਦਰ ਨੂੰ ਪੈਣ ਭੁਲੇਖੇ, ਭਾਰੀ ਫੌਜ ਖਾਲਸੇ ਦੀ ਪਤਾ ਨੀ ਕਿਧਰੋਂ ਆ ਗਈ ਇੱਥੇ, ਕੰਨਾਂ ਤੱਕ ਤਣ ਤਣ ਕੇ, ਕੰਨਾਂ ਤੱਕ ਤਣ ਤਣ ਕੇ ਐਸੀ ਛੱਡੇ ਪਾਣ ਜਵਾਨਾ, ਦੁਸ਼ਮਣ ਦੀਆਂ ਫੌਜਾਂ ਦੇ ਲਾਤੇ ਪਲ ਵਿੱਚ ਕਾਣ ਜਵਾਨਾ, ਜਿਉਂ ਭੁੱਖੇ ਸ਼ੇਰਾਂ ਦੇ
रिके मिर्ग कुदरतियां ए दुश्मन दियां फौजां दे सिंगा पल विच ढेर लगाए सीवजियां सिरी उत्ते तसियां पैरां तक कर पाना दुश्मन दियां फौजां दे लाते पल विच कौन जवाना पानी दी ढाब भरी सिंगा मलिया चार चफेरा एक दिन सी गर्मी दे लाया तुरका योरे पानी बिन बलक गए उत्तर गुरत समय ने टिप्पी साहब तो तीर चलाए बिन छाती वैरी दी लखा योदे तरत वछाए उतन मील तू सतगुर दा सिद्धा वजदा आन निशाना दुश्मन दिया फौजां दे लाते पल विच कौन जवाना सी माता भागो ने सी माता भागो ने ऐसी तेग जोर नलवाही तक दुश्मन डोल गए लगे रण विच तीन दुहाई उगला दिया हूरा ना पल विच मेचे हान जवाना दुश्मन दिया फौजां दे लाते पल विच कान जवाना लड़ लड़ जरने रसिया सिदकी सिंह शहीदी पा गए हाथ वेख योदिया दे दुश्मन हाथ कन्ना नू ला गए भगवंत मेचरी भी ताइयों गाँवे बेच दवाना दुश्मन दिया फौजां दे ला बहुत सारिया महान हस्तियां महापुरखा ने हाजरी भरी है पंथ प्रसिद्ध विद्वान कथावाचक हाजर ने उथे मेरी कौम का माण ज्ञानी गुरबचन सिंह जी कलसिया प्रचारक श्रोमणी गुरद्वारा प्रबंधक कमेटी जिन्हां लम्मा समा गुरद्वारा मंजी साहब हाजरी भरी पिछले समय विच एक्सीडेंट विच कुछ मुश्किल आई मेरे पातशाह ने कृपा की आपां सारिया ने अरदासां कीतियां महापुरखां ने अरदासां कीतियां गुरदेव की कृपा हुई वह कौम की सेवा विच आए आए ने बाबा सुखा सिंह साहब जी दे जन्म अस्थान ते जन्म दिहाड़े दे सलाना जोड़ मेले विच पहुंचे ने आओ सारी संगत उन्हां नूं जीओया कहिए सतगुरां दे पावन चरणां विच अरदास करिए जयकारा लाइए सतगुरु कृपा करन मेरी कौम दे महान प्रचारकां नूं कौम दा महान पवित्र वडमुला इतिहास गुरबाणी कथावां चढ़दी कला नाल कौम विच विचरण दी समर्था बख्शण मैं बेनती करांगा भाई मेजर सिंह होणा नूं चढ़दी कला दा एक जयकारा भाई गुरबचन सिंह होणा दी चढ़दी कला वास्ते लाए बोले सोनियालो बाबा चतर सिंह साहब जी होणा वल्लों बेअंत प्यार होर भेजिया गया पंथ अकाली तरना दल मिसल माता भाग कौर साहब जी मिसल बाबा सुखा सिंह साहब जी माड़ी कंबो के उन्हां दे नां तों बाबा चतर सिंह होणा वल्लों बाबा शहीद जी दे उपराले नाल महान दल पंथ चलाया जा रहा है बहुत सारी माया उन्हां वल्लों माई भाग कौर जिन्हां दी महान वडमुली कुरबानी है असीं इह इतिहास ही तां शुरू कीता है के मैं सुन रहा सा परसों जदों भाई सुखदेव सिंह होना ने श्री अखंड पाठ साहब प्रारंभ होने तो पहला छोटी जी इंटरव्यू की बाबा चतर सिंह साहब होना दी उन्होंने दसिया विस्तार नाल असी तां इतिहास शुरू किया कि माई भाग कौर जी के इतिहास नूं तुहाडी सेवा विच किया जा सके माझे वाले सरदारा ने वजीर खां की 8000 फौज जी हरल हरल करती आ रही थी डका पा तीरां दियां शबरां ला दित्तियां जदों तीर मुके सदा दी साथन चंडी श्री साहब तूके खंडे तूके खालसे मोर्चियां विचों बाहर निकले हथों हथी वजीर खां दी फौज उत्ते टुट इस होरा घने जंग विच माई भाग कौर घोड़े ते सवार सरदार माले शाह दी पुत्री भाई पेरो शाह दी पोतरी भाई भाग सिंह दलबाग सिंह होना दी सत्कार योग पैण जिन्हें छोटी उम्र तो बहुत लंबा समा मर्दा वाला लिबास रखिया
अपने भरावां वांग जंगी करतब अपने पिता की हजूरी विच रह के सिखे घोड़ सवारी सीखी नेजे बाजी सीखी तलवार चलाउणी सीखी मर्दावां पहरावा पहन के रखते सन जिहदी गर्द तो जालम लोग डरिया करते सन अपने भरावां नाल सूत के चंडी माई भाग कौर खिदराने की ढाब उत्ते वजीर खां की जड़ी आई 8000 फौज आ उहदे इक पासे उत्ते जिवें माई भाग कौर ने अपनी चंडी चमकाई विरोधियों के सिर ला ला के धरती उत्ते सुटे वजीर खां की फौज नूं जिवें भड़थू पाया माई भाग कौर ने खिच के श्री साहब खिदराने की ढाब उत्ते आओ प्यार नाल सरवण करो गुरु नानक दे घर विच केवल दरबार विच बैठण दी बराबरता नहीं कि औरत जाति नूं दरबार विच कड़ा प्रसाद लैण दी बराबरता है गुरु नानक दे घर विच साडियां भैणां ने बीबियां ने माइयां ने मैदाने जंग विच अपने भरावां नाल घोड़ियां ते असवार हो के श्री साहिबां सूत के जालमां दा दुष्टां दा नाश कीता जो इतिहास में रोशन मनारे वांग है आ खिदराने की ढाब उत्ते माई भाग कौर ने जिवें अपनी चंडी की चमक जालमां दीआं धौणां उत्ते गेरी और जंगी नक्शा भाई भगवंत सिंह ते मेजर सिंह गिल सभरावां वाले इउं पेश कर रहे तू तिराने योर दी तौसे खड़काए जित भी आवन वास्ते बन आए ओ कड़किरण विच चंडिका हो दूनी तीनी वकरते का मार दी माचे दी शिणी ओ तू तिराने योर दी तौसे खड़काए जित भी आवन वास्ते सेरे बन आए तड़किरण विच चंडका हो दूनी तीनी वद वद ते का मार दी माचे दी शीनी ओ चढ़ी जो पिंड च बाल तो कर लम्मी ताई जेड़ी जिंद कमाउण लई सतगुर तो आई ओ गैरत बदले मरन लई गैरत ना जीनी वद वद ते का मार दी माचे दी शीनी सरब लोए दी तारनी पा जंगी पाना गाउंदी नेतियो गाना सी सतगुर दा गाना ओ कड़िया नूं शनकार दी कड़िया नूं शनकार दी ओदी सच्ची वीणी वद वद ते कमार दी माचे दी शीनी ओ सूरज जो प्रभात दा इंज लालियां चढ़िया उसका घोड़ा जय लताड़ता लोथां दियां थड़ियां ओ चांदी दुश्मन दलां नूं पैरां विच रीणी वद वद ते कमार दी माचे दी शीनी ओ फौज वजीते खान मारी क्योंकि लड़िया खालसा कर बहु हुशियारी ओ कपुर दुश्मन रत दे पर पर के पीनी वद वद ते कमार दी माचे दी शीनी जरनैल सिंह आका परे दुश्मन ते टोले मर्द मजैला योदियां पैरां विच रोले जेड़े पासे वेख दी पई मौत परीनी वद वद ते कमार दी माचे दी शीनी रण मैदान दा ए खालसे दा महान मारू हमला वजीर खां दी आ रही फौज नूं पिछे धक्की जा रहा सी उधर बाजा वाले पातशाह उच्ची टिब्बी उत्तों खालसे दा जंग वेख के खुश हो रहे सन शाबाश कह रहे सन मेरे पातशाह ने उच्ची टिब्बी उत्तों तीरां दी वरखा कीती वजीर खां दी फौज उत्ते
कवि गुरदेव सिंह मान कहिंदा ओ कहिंदा तीरा वालिया मैं बलिहार तैथो मैनू याद ने बचपन दे तीर तेरे फटी वास दी बनी कमान सी जा तीर कान्या दे बेनजीर तेरे तेरे तीरा कई नजर दे तीर मारे तीर तीरा नू जांदे सी चीर तेरे गिनती तेरे मरीदा दी रब जाने लख चाटड़े बने रागीर तेरे तीरा वालिया ओदे तीर सन जुलमली बने आफत आफत ओ जो आफता टाउंदी सी झुकदी जदों कमान सी जोश अंदर ते झुकण सार ही वैरी चकाउंदी सी तेरी सिरी तीर दी सिरी सपोलिया दी लगदे सार ही डंग चलाउंदी सी धन गुरु गोबिंद सिंह महाराज जी दे तीर जिन्ना वर्गा कोई संसार विच होर निशान ची नहीं ते उन्हां दे तीर दा किसे ने मुकाबला नहीं किया। कदी लोग कहिंदे सन के अर्जन भारत दा बहुत वड्डा तीर निशान ची होया पर गुरु गोबिंद श्री गुरु गोबिंद सिंह महाराज उन्हां दे तीर वेखणे होण ते पंगाणी दा जुद पड़ो उन्हां दे तीरां दी चमक वेखणी होवे ते सरसा दे किनारे दा जंग पड़ो पड़ो जोगी अल्लाह यार खां ओ कहिंदा जदों गुरु गोबिंद सिंह महाराज अमृत वेले आसा दी वार दे कीर्तन तो बाद घोड़े उत्ते असवार होके तीरां दी वरखा करदे कहिंदा उन्हां दे तीर कोई दुनिया दा सब तो वड्डी निगाह रखण वाला जिहदी निगाह बाज नूं भी तेज होवे कहिंदा ओह मनुख भी गुरु गोबिंद सिंह महाराज जी दे तीरां दी गिणती नहीं कर सकदा। आखो सतनाम। उस छोटी जी कच्ची हवेली दे नजदीक ना आउण देना सिर चुकदा धन गुरु गोबिंद सिंह महाराज जी दे तीरां इस उच्ची टिब्बी उत्तों बाजा वाले पातशाह ने अपने तीर जिन्हां नूं सवा तोला इतिहास कहिंदा है सोना लग्या हुंदा सी किन्ने परउपकारी ने गुरु गोबिंद सिंह महाराज जिहड़ा जालम दुश्मन बन के आउंदा उहदी भी अंतम क्रिया हो जाए जेड़ा मेरे गुरु दे तीर नाल अपनी संसारक यात्रा पूरी करे जे कोई ओदे परिवार को समय दी आर्थिक हालत माड़ी होवे ते ओ जेड़ा ओदे शरीर विच खुबिया होया तीर है ओ सोने दा इस्तेमाल करके ओदी अंतम क्रिया भी कर दिती जाए। आखो सतनाम। क्योंकि मेरे गुरु दा किसे नाल कोई वैर थोड़ी है गुरु ता निर्वैर है जंग करने ए गुरु गोबिंद सिंह महाराज जी दी मजबूरी है मजबूरी मेरे पातशाह ने जफरनामे विच लिखी चूंकार अज हमा हिल ते दर गुजश्त हलाल अस्त बुर्दन बाज शमशीर दस्त जदों सारे हिलिया सुलह दी गल ठुकराई जाए जदों कोई गल किसे ते आवे ही ना मेरे पातशाह कहिंदे उदों तलवार दे मुठे उत्ते हथ जाना जायज है कहिंदे अकाल पुरख परमात्मा उस मनुख ते खुश हुंदा है जिहड़ा मनुख किसे दी सुलह नूं ठुकरा दिंदा केवल जुल्म उत्ते ही लक बन लैंदा उस जालम दे हथ ते पैर सिर कट्टण वाले नूं ਰਾਜਾਂ ਵਾਲੇ ਪਾਤਸ਼ਾਹ ਨੇ ਤੀਰਾਂ ਦੀ ਵਰਖਾ ਲਾ ਤਿੱਖੇ ਤੀਰ ਜਾਂ ਮੇਰੇ ਦਸ਼ਮੇਸ਼ ਜੀ ਨੇ ਵਾਰੀ ਵਾਰੀ ਸੀ ਧਰੇ ਕਮਾਨ ਅੰਦਰ ਗਾ ਸੌਣ ਦੇ ਬੱਦਲਾਂ ਵਾਂਗ ਵਰਦੇ ਮੱਚ ਗਿਆ ਘਮਸਾਨ ਮੈਦਾਨ ਅੰਦਰ ਨੀਲੇ ਅੰਬਰਾਂ ਤੇ ਤਾਰੇ ਟਮਕਦੇ ਨਹੀਂ ਗੁਰਦੇਵ ਸਿੰਘ ਮਾਨ ਦੀ ਸੁਰਤੀ ਵੇਖੋ ਉਹ ਕਹਿੰਦਾ ਦੁਨੀਆਂ ਵਾਲਿਓ
ਆ ਅਸਮਾਨ ਵਿੱਚ ਜਿਹੜੇ ਤਾਰੇ ਨੇ ਤੁਸੀਂ ਸਮਝਦੇ ਹੋਗੇ ਅਸਮਾਨ ਵਿੱਚ ਤਾਰੇ ਨੇ ਪਰ ਕਹਿੰਦਾ ਮੇਰੀ ਸੋਚ ਅਨਸਾਰ ਇਹ ਤਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਤੀਰਾਂ ਨਾਲ ਹੋਏ ਅਸਮਾਨ ਵਿੱਚ ਛੇਕ ਨੇ ਛੇਕ ਕਹਿੰਦਾ ਤਾਰੇ ਟਮਕਦੇ ਨਹੀਂ ਅਸਮਾਨ ਅੰਦਰ ਤੀਰਾਂ ਸਾਹਮਣੇ ਜਦੋਂ ਨਾ ਰਿਹਾ ਵੈਰੀ ਉਹਨਾਂ ਛੇਕ ਕੀਤੇ ਅਸਮਾਨ ਅੰਦਰ ਕਹਿੰਦਾ ਜਦੋਂ ਜ਼ਾਲਮ ਧਰਤੀ ਉੱਤੇ ਮੂਰਛਾ ਹੋ ਕੇ ਡਿੱਗ ਪਏ ਗੁਰਦੇਵ ਦੇ ਤੀਰਾਂ ਦੇ ਸਾਹਮਣੇ ਕੋਈ ਛਾਤੀ ਨਾ ਆਉਂਦੀ ਵੇਖੀ ਉਹ ਸ਼ੂਕ ਦੇ ਅਸਮਾਨ ਨੂੰ ਚੜ ਗਏ ਉਹਨਾਂ ਅਸਮਾਨ ਹੀ ਚੀਰ ਦਿੱਤਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇਹ ਹੈ ਸ਼ਰਧਾਵਾਨ ਗੁਰੂ ਕੇ ਕਵੀ ਦੀ ਭਾਵਨਾ 8000 ਫੌਜ ਵਿੱਚੋਂ ਲਗਭਗ ਅੱਧੀ ਫੌਜ ਮਰਵਾ ਕੇ ਵਜ਼ੀਰ ਖਾਂ ਮੈਦਾਨ ਛੱਡ ਕੇ ਤੜਫਦੇ ਆਪਣੇ ਸਿਪਾਹੀਆਂ ਨੂੰ ਛੱਡ ਕੇ ਦੌੜ ਗਏ ਇੱਧਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਚੀ ਟਿੱਬੀ ਤੋਂ ਤੁਰੇ ਰਣ ਮੈਦਾਨ ਵਿੱਚ ਆਏ ਜਿੱਥੇ ਦੁਸ਼ਮਣ ਦੇ ਸਿਪਾਹੀ ਰਣ ਮੈਦਾਨ ਵਿੱਚ ਮਰੇ ਸਨ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਜਾਨਾਂ ਘੋਲ ਕਮਾਉਣ ਵਾਲੇ ਮਾਝੇ ਵਾਲੇ ਸਰਦਾਰ ਮਾਲਵੇ ਵਾਲੇ ਸਰਦਾਰ ਜਿਨ੍ਹਾਂ ਦੀ ਗਿਣਤੀ 400 ਤੋਂ ਵੱਧ 500 ਦੇ ਨਜ਼ਦੀਕ ਸਾਡੇ ਸਿੱਖ ਵਿਦਵਾਨ ਕਹਿੰਦੇ ਉਹ ਰਣ ਮੈਦਾਨ ਵਿੱਚ ਕੁਝ ਸ਼ਹੀਦ ਹੋਏ ਕੁਝ ਸਾਖਦੇ ਸਨ ਪਾਤਸ਼ਾਹ ਆਏ ਖਦਰਾਣੇ ਦੀ ਢਾਬ ਦੇ ਕਿਨਾਰੇ ਉੱਤੇ ਉੱਥੋਂ ਚੱਲ ਕੇ ਰਣ ਮੈਦਾਨ ਵੱਲ ਨੂੰ ਤੁਰੇ ਜਿੰਨੀਆਂ ਕਦਮਾਂ ਅੱਗੇ ਹੋ ਕੇ ਕੋਈ ਉਸ ਢਾਬ ਦੇ ਕਿਨਾਰੇ ਤੋਂ ਸ਼ਹੀਦ ਹੋਇਆ ਮੇਰੇ ਪਾਤਸ਼ਾਹ ਉਹਨਾਂ ਦਾ ਸਤਿਕਾਰ ਕਰਦੇ ਨੇ ਨਾਲ ਸਿੰਘਾਂ ਨੂੰ ਹੁਕਮ ਕਰਕੇ ਕਹਿੰਦੇ ਨੇ ਇਹ ਪਵਿੱਤਰ ਸ਼ਹੀਦਾਂ ਦੀਆਂ ਦੇਹਾਂ ਜਿਹੜੀਆਂ ਇਹਨਾਂ ਨੂੰ ਇੱਕ ਥਾਂ ਤੋਂ ਇਕੱਤਰ ਕਰੋ ਇਹਨਾਂ ਦਾ ਅੰਤਿਮ ਸੰਸਕਾਰ ਕਰਨ ਦਾ ਪ੍ਰੋਗਰਾਮ ਬਣਾਓ ਇੰਤਜ਼ਾਮ ਕੀਤਾ ਜਾਏ ਆਓ ਮੁਕਤਸਰ ਸਾਹਿਬ ਦੇ ਸ਼ਹੀਦਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਵੇਂ ਆਪਣੀਆਂ ਪਵਿੱਤਰ ਨਜ਼ਰਾਂ ਨਾਲ ਆਪਣੇ ਪਵਿੱਤਰ ਦਸਤੇ ਮੁਬਾਰਕਾਂ ਨਾਲ ਸ਼ਹੀਦ ਹੋਈਆਂ ਦੇਹਾਂ ਨੂੰ ਛੂ ਕੇ ਨਦਰਾਂ ਨਾਲ ਤਾਰ ਕੇ ਜਿਵੇਂ ਉਹਨਾਂ ਦਾ ਸਨਮਾਨ ਕੀਤਾ ਸਤਿਕਾਰ ਕੀਤਾ ਉਹਨਾਂ ਦਾ ਹੱਥੀ ਸੰਸਕਾਰ ਕਰਵਾਇਆ ਪਿਆਰ ਨਾਲ ਸਰਵਣ ਕਰੋ ਆਪ ਜੀ ਦੀ ਸੇਵਾ ਵਿੱਚ ਇਹੋ ਬਿਆਨ ਕੀਤਾ ਜਾਵੇ ਸ਼ਹੀਦਾਂ ਦਾ ਸਸਕਾਰ ਗੁਰੂ ਜੀ ਹੱਥੀ ਕਰਦੇ ਨੇ ਲੋਕ ਉਹਨਾਂ ਨੂੰ ਪੂਜਣ ਜਿਹੜੇ ਧਰਮ ਤੋਂ ਮਰਦੇ ਨੇ ਉਹ ਜਿਹੜੇ ਰਣ ਵਿੱਚ ਜੂਜੇ ਲਾ ਕੇ ਚੋਟ ਨਗਾਰਿਆਂ ਨੂੰ ਦਸਮ ਪਿਤਾ ਵਰ ਦਿੰਦੇ ਅਮਰ ਸ਼ਹੀਦਾਂ ਸਾਰਿਆਂ ਨੂੰ ਸ਼ਹੀਦਾਂ ਦਾ ਸਸਕਾਰ ਗੁਰੂ ਜੀ ਹੱਥੀ ਕਰਦੇ ਨੇ ਲੋਕ ਉਹਨਾਂ ਨੂੰ ਪੂਜਣ ਜਿਹੜੇ ਧਰਮ ਤੋਂ ਮਰਦੇ ਨੇ ਜਿਹੜੇ ਰਣ ਵਿੱਚ ਜੂਜੇ ਲਾ ਕੇ ਚੋਟ ਦਸਮ ਪਿਤਾ ਵਰ ਤੂੰ ਖੱਟ ਲਿਆ ਟਿੱਕਾ ਜਸਨੇ ਕੀ ਦਾ ਕੀਰਤ ਸਿੰਘ ਨੂੰ ਦਿੱਤਾ ਸੀਵਰ ਗੁਰਾਂ ਬਾਬੇ ਕੀ ਦਾ ਮੌਤ ਵਰੀ ਹਸ ਮਰ ਦੋ ਉੱਚੀ ਛੜ ਜਾਰਿਆਂ ਨੂੰ ਦਸਮ ਪਿਤਾ ਵਰ ਦਿੰਦੇ ਅਮਰ ਸ਼ਹੀਦਾਂ ਸਾਰਿਆਂ ਨੂੰ ਉਹ ਹੈ 10,000 ਆਹ ਹੈ 20,000 ਜੀ ਆਹ 30,000 ਜਿਸਨੇ ਜ਼ਿੰਦਗੀ ਵਾਰੀ ਜੀ ਉਹ ਸਿਰ ਤੇ ਕੇ ਨਜ਼ਰਾਨੇ ਸਿਰ ਤੇ ਕੇ ਨਜ਼ਰਾਨੇ ਬੋਲਿਆ ਮਿੱਤਰ ਪਿਆਰਿਆਂ ਨੂੰ ਦਸਮ ਪਿਤਾ ਵਰ ਦਿੰਦੇ ਅਮਰ ਸ਼ਹੀਦਾਂ ਸਾਰਿਆਂ ਨੂੰ ਉਹ ਆਹ ਹੈ ਪੂਰਾ 40 ਆਹ ਹੈ 50,000 ਜੀ 25,000 ਦੋ ਤੂਲਿਆਂ ਨੇ ਨਾ ਘੱਟ ਗੁਜ਼ਾਰੀ ਜੀ ਉਹ ਨਦੀ ਖੂਨ ਦੀ ਤਰਕੀ ਲਾ ਗਏ ਹੱਥ ਕਿਨਾਰਿਆਂ ਨੂੰ ਦਸਮ ਪਿਤਾ ਵਰ ਦਿੰਦੇ ਅਮਰ ਸ਼ਹੀਦਾਂ ਸਾਰਿਆਂ ਨੂੰ ਬੁੱਢਾ ਸਿੰਘ ਨੂੰ ਕਹਿੰਦੇ ਇਹ ਦਿੱਲੀ ਦਾ ਰਾਜਾ ਹੈ ਚੰਬਾ ਸਿੰਘ ਨੂੰ ਲਾਹੌਰ ਦੇਣ ਦਾ ਕਰ ਲਿਆ ਵਾਅਦਾ ਹੈ
ਓ ਧਰਮ ਸਿੰਘ ਜੀ ਸਾਂਭ ਲਵੇਗਾ ਬਲਖ ਬਖਾਰਿਆਂ ਨੂੰ ਦਸਮ ਪਿਤਾ ਵਰ ਦਿੰਦੇ ਅਮਰੀ ਇੰਨੀ ਥਾਈ ਹੋਵਣ ਗੇ ਸਿੰਘ ਤਖਤ ਨਸ਼ੀਨਾ ਜੀ ਉੱਤਰ ਪੂਰਬ ਪੱਛਮ ਵੰਡਤਾ ਪਾਸੇ ਚਾਰਿਆਂ ਨੂੰ ਦਸਮ ਪਿਤਾ ਵਰ ਦਿੰਦੇ ਅਮਰ ਸ਼ਹੀਦਾਂ ਸਾਰਿਆਂ ਨੂੰ ਉਹ ਭਾਗ ਕੌਰ ਹੈ ਚੰਡੀ ਸਿੱਖ ਪੰਥ ਦੀ ਸ਼ੀਣੀ ਐ ਪਰ ਪਰਖ ਪਰ ਰਤ ਸਿੱਖੀ ਦੁਸ਼ਮਣ ਦੇ ਪੀਣੀ ਐ ਉਸਨੇ ਕਰੀ ਲੜਾਈ ਉਸਨੇ ਕਰੀ ਲੜਾਈ ਵਾ ਖੰਡੇ ਦੋ ਤਾਰਿਆਂ ਨੂੰ ਦਸਮ ਪਿਤਾ ਵਰ ਦਿੰਦੇ ਅਮਰ ਸ਼ਹੀਦਾਂ ਸਾਰਿਆਂ ਨੂੰ ਮਹਾ ਸਿੰਘ ਜਰਨੈਲ ਨੂੰ ਕਹਿਣ ਮਹਾਨ ਹੈ ਸਿੰਘਾ ਤੂੰ ਉਹ ਅੱਗ ਚਿਖਾ ਨੂੰ ਲਾਤੀ ਦੇ ਕੇ ਰੁਤਬੇ ਪਾਰਿਆਂ ਨੂੰ ਦਸਮ ਪਿਤਾ ਵਰ ਦਿੰਦੇ ਅਮਰ ਸ਼ਹੀਦਾਂ ਸਾਰਿਆਂ ਨੂੰ ਆਪਣੇ ਹੱਥੀ ਬਾਜਾਂ ਵਾਲੇ ਪਾਤਸ਼ਾਹ ਨੇ ਸ਼ਹੀਦ ਹੋਏ ਸਿੰਘਾਂ ਦਾ ਅੰਤਮ ਸੰਸਕਾਰ ਕਰਵਾਇਆ ਜਿਹੜੇ ਜ਼ਖਮੀ ਸਨ ਉਹਨਾਂ ਦਾ ਇਲਾਜ ਕਰਵਾਇਆ ਜਿਨ੍ਹਾਂ ਵਿੱਚੋਂ ਮਾਈ ਭਾਗ ਕੌਰ ਗੰਭੀਰ ਜ਼ਖਮੀ ਸਨ ਇਲਾਜ ਕਰਨ ਉੱਤੇ ਤੰਦਰੁਸਤ ਹੋਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਪੂਰਾ ਜੀਵਨ ਇਸ ਤੋਂ ਬਾਅਦ ਉਹਨਾਂ ਬਿਤਾਇਆ ਵਜ਼ੀਰ ਖਾਂ ਦੇ ਸਿਪਾਹੀ ਜਿਹੜੇ ਰਣ ਮੈਦਾਨ ਵਿੱਚ ਕੰਮ ਆਏ ਸਨ ਉਹਨਾਂ ਦੇ ਧਰਮ ਮੁਤਾਬਕ ਉਹਨਾਂ ਦੀਆਂ ਵੀ ਅੰਤਮ ਕਿਰਿਆਵਾਂ ਕਰਵਾਈਆਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਧਰਮ ਕਦੇ ਕੋਈ ਮਨ ਵਿੱਚ ਵਿਤਕਰੇ ਵਾਲੀ ਬਾਤ ਹੈ ਨਹੀਂ ਜਿਹੜੇ ਦੁਸ਼ਮਣ ਰਣ ਮੈਦਾਨ ਵਿੱਚ ਵੈਰੀ ਬਣ ਕੇ ਆਉਂਦੇ ਦੁਸ਼ਮਣ ਬਣ ਕੇ ਆਉਂਦੇ ਉਹਨਾਂ ਦੇ ਸਿਪਾਹੀ ਵੀ ਰਣ ਮੈਦਾਨ ਵਿੱਚ ਜਿਹੜੇ ਕੰਮ ਆਉਂਦੇ ਨੇ ਜਦੋਂ ਉਹਨਾਂ ਦੇ ਜਰਨੈਲ ਰਣ ਛੱਡ ਕੇ ਚਲੇ ਜਾਂਦਾ ਉਹਨਾਂ ਦੀ ਅੰਤਮ ਕਿਰਿਆ ਕਰਦੇ ਜਿਹੜੇ ਉਹਨਾਂ ਦੇ ਜ਼ਖਮੀ ਸਿਪਾਹੀ ਸਨ ਉਹਨਾਂ ਦੀ ਵੀ ਦਾਰੂ ਪੱਟੀ ਕਰਵਾਉਂਦੇ ਇਹ ਸ਼ਹੀਦਾਂ ਦੇ ਅਸਥਾਨ ਦੀ ਕੁਝ ਸਮੇਂ ਬਾਅਦ 1725 ਵਿੱਚ ਬਾਬਾ ਚਤਰ ਸਿੰਘ ਸਾਹਿਬ ਜੀ ਬਾਬਾ ਮੌਜ ਦਾਸ ਜੀ ਦਾ ਸਨਮਾਨ ਕਰ ਰਹੇ ਨੇ ਬੋਲੇ ਸੋਨਿਹਾਲ ਸਤਿਗੁਰੂ ਕਿਰਪਾ ਕਰਨ ਸਾਰੀਆਂ ਹੀ ਸੰਗਤਾਂ ਨੂੰ ਮਹਾਂਪੁਰਖਾਂ ਨੂੰ ਚੜ੍ਹਦੀ ਕਲਾ ਬਖਸ਼ੀ 1725 ਵਿੱਚ ਹਰੀ ਕੇ ਕਲਾਂ ਦੇ ਰਹਿਣ ਵਾਲੇ ਭਾਈ ਲੰਗਰ ਸਿੰਘ ਨੇ ਸਭ ਤੋਂ ਪਹਿਲਾਂ ਸ਼ਹੀਦਾਂ ਦੀ ਯਾਦਗਾਰ ਇਸ ਧਰਤੀ ਤੇ ਬਣਾਈ ਜਿੱਥੇ ਅੱਜ ਮਹਾਨ ਗੁਰਦੁਆਰਾ ਸਾਹਿਬ ਸ਼ਹੀਦਾਂ ਦੀ ਯਾਦ ਵਿੱਚ ਮੁਕਤਸਰ ਸਾਹਿਬ ਦੀ ਧਰਤੀ ਤੇ ਸੁਭਾਏਮਾਨ ਹੈ। ਮਾਘੀ ਦਾ ਜੋੜ ਮੇਲਾ ਬਹੁਤ ਵੱਡੀ ਗਿਣਤੀ ਵਿੱਚ ਮਾਝਾ ਮਾਲਵਾ ਦੁਆਬਾ ਵਿਦੇਸ਼ਾਂ ਤੋਂ ਸੰਗਤਾਂ ਆ ਕੇ ਹਾਜ਼ਰੀਆਂ ਭਰਦੀਆਂ ਪਰ ਇਹ ਜੰਗ 21 ਵਿਸਾਖ ਨੂੰ ਹੋਇਆ 21 ਵਿਸਾਖ ਨੂੰ ਸਤਿਗੁਰੂ ਕਿਰਪਾ ਕਰਨ ਆਓ ਉਹਨਾਂ ਸ਼ਹੀਦਾਂ ਸੰਗਤ ਦਾ ਧੰਨਵਾਦ ਜਿਹਨਾਂ ਸਵੇਰ ਤੋਂ ਲੈ ਕੇ ਹਾਜ਼ਰੀਆਂ ਭਰੀਆਂ ਅਸਥਾਨ ਦੇ ਮੁੱਖ ਸੇਵਾਦਾਰ ਜਥੇਦਾਰ ਬਾਬਾ ਚਤਰ ਸਿੰਘ ਸਾਹਿਬ ਜੀ ਜਿਹੜੇ ਦਲ ਪੰਥ ਦੇ ਵੀ ਜਥੇਦਾਰ ਨੇ ਤੇ ਖਾਲਸੇ ਦੇ ਜਿਹੜੇ ਰਵਾਇਤੀ ਸ਼ਸਤਰ ਆ ਉਹਨਾਂ ਦੇ ਪ੍ਰੋਫੈਸਰ ਕਹਿ ਲਈਏ ਕੋਈ ਅਤ ਕਥਨੀ ਨਹੀਂ ਗੱਤਕੇ ਦੇ ਬਹੁਤ ਵੱਡੇ ਮਾਸਟਰ ਛੋਟੀ ਉਮਰ ਤੋਂ ਲੈ ਕੇ ਜਿਹਨਾਂ ਨੇ ਇਹਨੂੰ ਸਾਂਭਿਆ ਨੌਜਵਾਨਾਂ ਨੂੰ ਗੁਰੂ ਤੇ ਗੁਰੂ ਪੰਥ ਨਾਲ ਜੋੜਿਆ ਬਾਬਾ ਸ਼ਹੀਦ ਜੀ ਤੋਂ ਬਾਅਦ ਉਹ ਦਲ ਪੰਥ ਦੀ ਵੱਡੀ ਜ਼ਿੰਮੇਵਾਰੀ ਨਿਭਾ ਰਹੇ ਨੇ ਇਹਨਾਂ ਅਸਥਾਨਾਂ ਤੇ ਉਹਨਾਂ ਵੱਲੋਂ ਬਾਬਾ ਹਰਪਾਲ ਸਿੰਘ ਜੀ ਸੇਵਾਵਾਂ ਨਿਭਾ ਰਹੇ ਹੈ ਸਾਰੇ ਮਹਾਂਪੁਰਖਾਂ ਦਾ ਧੰਨਵਾਦ ਸਿੱਖ ਪੰਥ ਦੇ ਵਿਦਵਾਨ ਕਥਾਵਾਚਕ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਬਾਬਾ
ਸੁੱਖਾ ਸਿੰਘ ਜੀ ਦੇ ਪਵਿੱਤਰ ਅਸਥਾਨਾਂ ਤੇ ਜਿਨ੍ਹਾਂ ਨੇ ਭੋਗ ਤੋਂ ਉਪਰੰਤ ਹਾਜ਼ਰੀ ਭਰੀ, ਭਾਈ ਦਿਲਬਾਗ ਸਿੰਘ ਜੀ ਬਲੇਰ ਜਿਨ੍ਹਾਂ ਉੱਤੇ ਮਾਣ ਹੈ ਸਾਨੂੰ, ਭਾਈ ਅਮਰਜੀਤ ਸਿੰਘ ਜੀ ਸੁਰ ਸਿੰਘ ਮਜਾਲ ਟੀਵੀ ਵਾਲਾ ਕਮਿਸ਼ਨਰ ਜਥਾ ਵੀ ਸਾਹਮਣੇ ਹੈ, ਉਹਨਾਂ ਵੀ ਹਾਜ਼ਰੀ ਭਰਨੀ ਹੈ। ਭਾਵੇਂ ਬਾਬਾ ਜੀ ਕਹਿ ਰਹੇ ਸੀ ਵੀ 2 ਘੰਟੇ ਲਵਾਉਣੇ ਇਹਨਾਂ, ਪਰ ਅਸੀਂ 1.25 ਘੰਟੇ ਵਿੱਚ ਹੀ ਬਾਬਾ ਜੀ 2 ਘੰਟਿਆਂ ਜਿੰਨਾ ਇਤਿਹਾਸ ਕਹਿ ਦਿੱਤਾ ਹੈ। ਕੋਸ਼ਿਸ਼ ਕੀਤੀ ਹੈ ਕਿ ਵੱਧ ਤੋਂ ਵੱਧ ਇਤਿਹਾਸ ਕਿਹਾ ਜਾਏ, ਸਾਰਿਆਂ ਦੀ ਹਾਜ਼ਰੀ ਲੱਗ ਜਾਏਗੀ। ਗਿਆਨੀ ਗੁਰਬਚਨ ਸਿੰਘ ਜੀ ਵੀ ਪਹੁੰਚੇ ਨੇ, ਜ਼ਰੂਰ ਹਾਜ਼ਰੀ ਲੱਗੇਗੀ। ਬਾਬਾ ਬਲਵਿੰਦਰ ਸਿੰਘ ਸਾਹਿਬ ਜੀ ਜਿਹੜੇ ਤੁਹਾਡੇ ਕੋਲ ਸਦਾ ਹੀ ਵੱਡੀਆਂ ਸੇਵਾਵਾਂ ਨਿਭਾਉਂਦੇ ਆ, ਇਤਿਹਾਸ ਨਾਲ, ਗੁਰਬਾਣੀ ਨਾਲ ਜਿਨ੍ਹਾਂ ਦਾ ਦਿਲੋਂ ਸੁਨੇਹ ਹੈ, ਕੌਮ ਦੇ ਪ੍ਰਚਾਰਕਾਂ ਨਾਲ ਦਿਲੋਂ ਮੋਹ ਕਰਦੇ ਹੈ। ਅਗਲਾ ਪ੍ਰੋਗਰਾਮ ਉਹ ਆਪ ਜੀ ਦੇ ਸਾਹਮਣੇ ਲੈ ਕੇ ਆ ਰਹੇ ਨੇ। ਸਾਰੀ ਸੰਗਤ ਦਾ, ਸਮੂਹ ਪ੍ਰਬੰਧ ਦਾ ਇੱਕ ਵਾਰੀ ਫਿਰ ਧੰਨਵਾਦ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਠਾਨਕੋਟ ਸ਼ੁਕਰਾਨਾ। ਪਿਆਰ ਨਾਲ ਸਾਰੀ ਸੰਗਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਬੂਟਾ ਸਿੰਘ ਜੀ ਨੰਬਰਦਾਰ, ਉਹਨਾਂ ਵੱਲੋਂ 100 ਰੁਪਇਆ ਬਾਬਾ ਜੀ, ਬਾਬਾ ਸੁੱਖਾ ਸਿੰਘ ਸਾਹਿਬ ਜੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਮਾਇਆ ਭੇਜੀ ਗਈ ਹੈ। ਸਤਿਗੁਰੂ ਕਿਰਪਾ ਕਰਨ ਭਾਈ ਬੂਟਾ ਸਿੰਘ ਹੋਣੀ ਮਾਝੇ ਵਿੱਚ ਹਨ, ਸਭ ਤੋਂ ਪਹਿਲਾਂ ਦੌੜ ਕੇ ਜਾ ਕੇ ਹਾਜ਼ਰੀ ਲਵਾਉਂਦੇ ਹੈ। ਸਾਡੇ ਦਿਲ ਉੱਤੇ ਨਾਂ ਲਿਖਿਆ ਹੋਇਆ ਭਾਈ ਬੂਟਾ ਸਿੰਘ ਦਾ।